ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਫਿਰ ਹਾਜ਼ਰ ਜਸ ਪੰਜਾਬੀ ਟੀਵੀ ਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁਣਾ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਬਹੁਤ ਕੁਝ ਨਵਾਂ ਵਾਪਰ ਗਿਆ ਜਿਵੇਂ ਕਿ ਪੰਜ ਸਟੇਟਾਂ ਦੀ ਇਲੈਕਸ਼ਨ ਖਾਸ ਕਰਕੇ ਜਿਹੜਾ ਇੰਟਰਸਟਿੰਗ ਸਟੋਰੀਆਂ ਰਹੀਆਂ ਵੈਸਟ ਬੰਗਾਲ ਤੋਂ ਆਪਾਂ ਉਹ ਵੀ ਜ਼ਰੂਰ ਵਿੱਚ ਡਿਸਕਸ ਕਰਾਂਗੇ ਪਰ ਸਾਡੇ ਨਾਲ ਮਾਣਮਤੀ ਸ਼ਖਸੀਅਤ ਇੱਕ ਆਨਰੇਬਲ ਗੈਸਟ ਸਾਡੇ ਨਾਲ ਜੁੜ ਗਏ ਨੇ ਇੰਡੀਆ ਤੋਂ ਮੇਰੇ ਕਹਿਣ ਤੋਂ ਆਪਾਂ ਫੋਰਮਰ ਚੀਫ ਸਪੋਕਸਪਰਸਨ ਸ਼੍ਰੋਮਣੀ ਅਕਾਲੀ ਦਲ ਅਤੇ ਫੋਰਮਰ ਐੱਮ ਐੱਲ ਏ ਹਲਕਾ ਖੇਮਕਰਨ ਅਤੇ ਸੀਨੀਅਰ ਅਕਾਲੀ ਲੀਡਰ ਸ਼੍ਰੋਮਣੀ ਅਕਾਲੀ ਦਲ ਤੋਂ ਮੇਰਾ ਕਹਿਣ ਤੋਂ ਭਾਵ ਸਰਦਾਰ ਵਿਰਸਾ ਸਿੰਘ ਵਲਟੋਆ ਸਾਡੇ ਨਾਲ ਜੁੜ ਗਏ ਨੇ ਬਹੁਤ ਸਾਰੇ ਕੁਐਸਚਨ ਜਿਹੜੇ ਆਪਾਂ ਉਹਨਾਂ ਨੂੰ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਜੀ ਸਵਾਗਤ ਜੀ ਵਲਟੋਆ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਜੀ ਗੁਰਲਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਲਟੋਆ ਸਾਹਿਬ ਬਹੁਤ ਗੱਲਾਂ ਨੇ ਕਰਨ ਵਾਲੀਆਂ ਆਪਾਂ ਕਿਸਾਨ ਅੰਦੋਲਨ ਵੱਲ ਵੀ ਚੱਲਾਂਗੇ ਆਪਾਂ 2022 ਨੂੰ ਲੈ ਕੇ ਵੀ ਕੁਛ ਡਿਸਕਸ਼ਨ ਕਰਾਂਗੇ ਅਤੇ ਖਾਸ ਕਰਕੇ ਜਿਹੜੀ ਰਾਜਨੀਤੀ ਚੱਲ ਰਹੀ ਹੈ ਇਸ ਟਾਈਮ ਇੰਡੀਆ ਦੇ ਵਿੱਚ ਅਤੇ ਕਰੋਨਾ ਮਹਾਮਾਰੀ ਨੂੰ ਲੈ ਕੇ ਤਾਂ ਪਹਿਲਾਂ ਤਾਂ ਜੀ ਅਸੀਂ ਤੁਹਾਡੀ ਸੁੱਖ ਸ਼ਾਂਤ ਪੁੱਛਦੇ ਹਾਂ ਪਰਿਵਾਰ ਠੀਕ ਹੈ ਤੁਸੀਂ ਠੀਕ ਠਾਕ ਹੋ ਬਿਲਕੁਲ ਕਿਰਪਾ ਜੀ ਪਰ ਮਹਾਮਾਰੀ ਨੇ ਜ਼ੋਰ ਫੜਿਆ ਹੋਇਆ ਹੈ ਜੀ ਜੀ ਉਹਨਾਂ ਦਾ ਬਹੁਤ ਜ਼ਿਆਦਾ ਜ਼ੋਰ ਹੈ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਸੁੱਖ ਰੱਖੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਚੜ੍ਹਦੀ ਕਲਾ ਰਹੇ ਤੰਦਰੁਸਤੀ ਰਹੇ ਜੀ ਜੀ ਵਲਟੋਆ ਸਾਹਿਬ ਬਹੁਤ ਸੋਹਣੀ ਗੱਲ ਵਲਟੋਆ ਸਾਹਿਬ ਬਹੁਤ ਗੱਲਾਂ ਨੇ ਪਰ ਸਭ ਤੋਂ ਸੀਰੀਅਸ ਗੱਲ ਜਿਹੜੀ ਇਹ ਹੈ ਕਿ ਬੀਤੇ 24 ਘੰਟਿਆਂ 'ਚ ਇੰਡੀਆ ਦੇ ਵਿੱਚ ਮੈਂ ਇੰਟਾਇਰ ਹਿੰਦੁਸਤਾਨ ਦੀ ਗੱਲ ਕਰ ਰਿਹਾ ਪੰਜਾਬ ਦੀ ਨਹੀਂ 4,06,000 ਕੇਸ ਆਏ ਜੀ 4,06,000 ਕੇਸ ਮਹਾਂਮਾਰੀ ਹੈ ਫੈਲ ਕਿਤੇ ਵੀ ਸਕਦੀ ਹੈ ਮੇਰਾ ਕੁਐਸਚਨ ਤੁਹਾਡੇ ਤੋਂ ਵਲਟੋਆ ਸਾਹਿਬ ਇਹ ਹੈ ਕਿ ਜਦੋਂ ਪਿਛਲੇ ਸਾਲ ਵੇਵ ਆਈ ਸੀ ਮੈਂ ਵੀ ਇੰਡੀਆ ਜਾ ਕੇ ਸਟੱਕ ਹੋ ਗਿਆ ਸੀ 1-2 ਮਹੀਨਿਆਂ ਲਈ ਕੰਟਰੋਲ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ ਵੇਸਲੇ ਗੌਰਮੈਂਟਾਂ ਮੈਂ ਇਕੱਲਾ ਸਟੇਟ ਗੌਰਮੈਂਟ ਨੂੰ ਨਹੀਂ ਕਹਿ ਰਿਹਾ ਸਾਰੀਆਂ ਗੌਰਮੈਂਟਾਂ ਜਿੰਨੀਆਂ ਸਟੇਟਸ ਦੀਆਂ ਹੈਗੀਆਂ ਅਤੇ ਸੈਂਟਰਲ ਗੌਰਮੈਂਟ ਇੰਨੀ ਓਵੇਸਲੇ ਤੁਹਾਨੂੰ ਲੱਗਦਾ ਗੌਰਮੈਂਟ ਦਾ ਫੇਲੀਅਰ ਹੈ ਕਿ ਹੁਣ ਐਡੇ ਵੱਡੇ ਚੈਲੰਜ ਨੂੰ ਫੇਸ ਕਰਨਾ ਪਿਆ ਕਿ ਕਿਤੇ ਆਕਸੀਜਨ ਨਹੀਂ ਹੈ ਕਿਤੇ ਹੋਸਪਿਟਲ 'ਚ ਬੈੱਡ ਨਹੀਂ ਹੈ ਇਨਸਾਨੀਅਤ ਜਿਹੜੀ ਮਰ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਫੇਲੀਅਰ ਰਿਹਾ ਜੀ ਸੈਂਟਰਲ ਗੌਰਮੈਂਟ ਅਤੇ ਸਟੇਟ ਗੌਰਮੈਂਟਸ ਦਾ ਨਹੀਂ ਇਹਦੇ 'ਚ ਕੋਈ ਦੁਰਾਵਾ ਨਹੀਂ ਗਿਆ ਦੇਖੋ ਜਿੱਦ ਤੱਕ ਗੌਰਮੈਂਟਾਂ ਦਾ ਸੰਬੰਧ ਹੈ ਪ੍ਰਬੰਧ ਉਹਨਾਂ ਨੇ ਕਰਨੇ ਜੀ ਪਰ ਲੋਕਾਂ ਨੂੰ ਸੁਚੇਤ ਵੀ ਉਹਨਾਂ ਨੇ ਕਰਨਾ ਹੁੰਦਾ ਜੇ ਫਸਟ ਵੇਵ ਆਈ ਸੀ ਜੀ ਜਦੋਂ ਲੋਕਡਾਊਨ ਲਾਇਆ ਗਿਆ ਪੰਜਾਬ 'ਚ ਕਰਫਿਊ ਵੀ ਲਾਇਆ ਗਿਆ ਸਖਤੀ ਕੀਤੀ ਗਈ ਜਿਹੜੀ ਕਰੋਨਾ ਦੀ ਚੇਨ ਸੀ ਉਹਨੂੰ ਤੋੜਨ ਵਾਸਤੇ ਹਰ ਯਤਨ ਕੀਤਾ ਗਿਆ ਭਾਵੇਂ ਉਹਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਬੜੀਆਂ ਜੀ ਪਰ ਜਿਹੜੀ ਫਸਟ ਵੇਵ ਸੀ ਉਹਦੇ ਨਾਲ ਲੜਨ ਵਾਸਤੇ ਸਮੁੱਚਾ ਦੇਸ਼ ਔਰ ਖਾਸ ਕਰ ਪੰਜਾਬ ਜਿਹੜਾ ਸਮਰੱਥ ਰਿਹਾ ਸੀ ਉਹਨੂੰ ਮਿਲਾ ਕੇ ਠੀਕ ਰਿਹਾ ਸੀ ਜੀ ਇਹ ਵੀ ਪਤਾ ਸੀਗਾ ਕਿ ਸੈਕਿੰਡ ਵੇਵ ਆਉਣੀ ਤੇ ਸੈਕਿੰਡ ਵੇਵ ਜਿਹੜੀ ਆ ਫਸਟ ਔਰ ਜਿਸ ਤੱਕ ਬਾਹਰ ਨਿਕਲ ਕੇ ਰਿਪੋਰਟਾਂ ਆਈਆਂ ਨੇ ਜੀ ਕੇਂਦਰੀ ਸਰਕਾਰ ਦੀਆਂ ਉਹ ਏਜੰਸੀਆਂ ਜਾਂ ਕਮੇਟੀਆਂ ਜਿਹੜੀਆਂ WHO ਦੇ ਨਾਲ ਕੰਮ ਕਰਦੀਆਂ ਨੇ ਉਹਨਾਂ ਨੇ ਕੇਂਦਰ ਸਰਕਾਰ ਜਾਂ ਜਿਹੜੀਆਂ ਪ੍ਰਦੇਸ਼ ਸੂਬਾ ਸਰਕਾਰਾਂ ਨੇ ਜੀ ਕਿ ਅਪ੍ਰੈਲ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਹੜੀ ਸੈਕਿੰਡ ਵੇਵ ਆ ਰਹੀ ਹੈ ਹੁਣ ਜਦੋਂ ਤੁਹਾਨੂੰ ਏਜੰਸੀਆਂ ਜਾਂ ਕਮੇਟੀਆਂ ਜਾਂ ਜਿਹੜੇ ਸੰਬੰਧਿਤ ਸਾਰੇ ਨੇ ਉਹ ਸੁਚੇਤ ਕਰ ਦਿੰਦੇ ਨੇ ਤੁਹਾਨੂੰ ਬਾਹਰ ਦੇ ਦਿੰਦੇ ਨੇ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਦੇ ਕੋਈ ਬਿਹਤਰ ਕਦਮ ਚੰਗੇ ਪ੍ਰਬੰਧ ਜੀ ਪਰ ਮੇਰਾ ਖਿਆਲ ਹੈ ਕਿ ਫਸਟ ਵੇਵ ਲੰਘਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਔਰ ਜਿਸ ਤਰ੍ਹਾਂ ਦੀ ਅੱਜ ਦਿੱਕਤ ਹਿੰਦੁਸਤਾਨ ਵਰਗਾ ਦੇਸ਼ ਹੋਵੇ ਲੋਕੀ ਆਕਸੀਜਨ ਦੇ ਕਾਰਨ ਡੈਥ ਹੋ ਰਹੀਆਂ ਨੇ ਮੁਕਤਾਂ ਵੈਂਟੀਲੇਟਰ ਮਿਲਣੇ ਤੇ ਕਿਤੇ ਦਾਖਲਾ ਨਹੀਂ ਮਿਲ ਰਿਹਾ ਕਿੱਥੋਂ ਤੱਕ ਕਿ ਜਿਹੜੇ ਦੇਸ਼ ਦੇ ਸਾਬਕਾ ਰਾਜਦੂਤ ਅਸ਼ੋਕ ਗਰੋਹੀ ਜਿਹਨਾਂ ਦੇ ਮੈਂ ਐਗਜ਼ਾਮਪਲ ਦੇਣਾ ਮੁਨਾਸਬ ਸਮਝਾਂਗਾ ਕਿ ਉਹਨਾਂ ਨੂੰ ਬਿਮਾਰੀ ਨੇ ਘੇਰ ਲਿਆ ਔਰ ਉਹ ਦਿੱਲੀ ਦੇ ਹਸਪਤਾਲ 'ਚ ਜਾਂਦੇ ਨੇ ਬੜਾ ਵੱਡਾ ਹਸਪਤਾਲ ਹੈ ਮੈਦਾਨਤਾ ਜੀ ਔਰ ਉਹਦੇ ਜਾਂਦੇ ਨੇ ਦਾਖਲੇ ਵਾਸਤੇ ਕੋਸ਼ਿਸ਼ ਕਰਦੇ ਨੇ ਦਾਖਲਾ ਨਹੀਂ ਮਿਲਦਾ
और वो पार्किंग दे विच 5 घंटे वेट कर दें ते 5 घंटे दे विच दाखला छात्रों में ये हालात ने और इतों तक जी बरखा दत्त है बरखा दत्त मेरा ख्याल नैशनल पद्धर की वो जर्नलिस्ट है जी जी बड़ी बड़ी पत्रकार है के देश के कुछ चंद जो जी जो कोरोना पीड़ित हो उन्होंने किसी इंटरनेशनल टीवी किसी विदेशी टीवी गलबात करते हैं कि मैं इन्नी बेबस कभी मैं जिंदगी च इन्नी बेबस कि मेरा बाप मेरे सामने चढ़ाई कर गया उन्होंने दुख का प्रगटावा किया सरकार के प्रबंधों के उत्ते सरकार दामिया उन्हें गल की और अपने नाल ही सिख समाज की सिख कौम इस गलों शलाघा की कि अब सामने आया है जी कि जे ऑक्सीजन मिल रही है जो होर कितनी मिलती तो सिख समाज जो लंगर ला रहा जी मतलब जो इस तरह यहोजी धारणा सैकड़े दी जा सकती पर क्योंकि कोरोना ना लड़ने वास्ते जो तो पता लग गया एड्डी आबादी हो चोणा लड़न का की आपने चाहे सूबा सरकार पंजाब की सरकार है कैप्टन अमरिंदर सिंह ने उन्होंने महिला चो बाहर किसी होर करके कोई कदम चुकने की थान से बंद करने की थान और साढ़े केजरीवाल साहब ने माड़ी हालत है दिल्ली की हर सच्चे पातशाह करे उत्थे रहम करे और उत्थे सुख शांति आवे तंदुरुस्ती आवे सच्चे पातशाह जी का स्थान है इन्होंने बारे के श्री हरकृष्ण सब दुख जाए तो सुख शांति तंदुरुस्ती मिले पर तुसी देखो कि पिछले कुछ समय के दौरान ही 900 करोड़ रुपया केवल तो केवल अपनी एडवरटाइजमेंट करने वास्ते कि मैं महला क्लीनिक इतने सेहत सेवावां जिहड़ियां सब तो बेहतर ने जी जी अज उत्थे जिहड़ियां सेहत सेवावां ने उन्हां दा झूठा चार किसी तरह का फायदा नहीं झूठे दावे करके कोई फायदा नहीं पर असीं तां सरकार यही बेनती करते हैं कि अजे भी हैगा अजे अट वेव आउणी तीजी वेव आउणी है तो हुण तो सीरीयस होना चाहिए चंगे कदम चाहिए चंगे प्रबंध करने चाहिए पर हालात कोई जी जी वल्टवा साहब बहुत सोहना तुसी क्लीयर किया देखो जिहड़ा गुजर गया टाइम वह वापस नहीं आना गा असी आप अरदास करिए महाराज सच्चे पातशाह मोहरे कि यह छेती तो छेती अंडर कंट्रोल होवे पूरे वर्ल्ड दे विच ते जिहड़े मानवता बच सके हुण आपां जिन्नी कि जुरिसडिक्शन अपनी हुंदी मैं हरेक नूं पुछदा हुंदा कि आपां की कर रहे हैं तुहाडा एरिया खेम करना है तुसी MLA भी रह चुके हो उत्थों परमात्मा असीं तुहानूं फिर अरदास करदे हां कि तुहानूं सफलता बख्शण आउण वाले दिनां दे विच तुसीं ख्याल रख रहे हो अपने एरिए दे लोकां दा कोई किसी भी तरह का किसी नूं जरूरत होवे तां देखो जिहड़ी कोरोना महामारी है इहदा जिहड़ा भी कोई बीमारी तो पीड़ित हो जाता है तो इलाज तो जिहड़ा है उहदे मुताबिक पर जिथों तक कर सकते हैं लोगों को बीट कर सकते हैं जी वो कर रहे पर जो भी लोगों वास्ते करना साडा फर्ज बन गया है पर यह लोगों विच रहिंदे है लोगों ने तरह की प्रतिनिधता दिती हुई तो जिहड़ी हल्के की तरह साडा आपदा परिवार हुंदा है जी परिवार वास्ते चिंता करना परिवार वास्ते उहदी बेहतरी वास्ते उहदी तंदुरुस्ती वास्ते उहदी खुशहाली वास्ते जिहड़ा कोई व्यक्ति उहदी अगवाई करदा उहदा फर्ज अदायगी कर रहा है और सब तों कि अजे च इन्ना रौला पाउण दे बावजूद और मौतां हो रहियां ने धड़ाधड़ ਉਹਦੇ ਬਾਵਜੂਦ ਵੀ ਜਿਹੜੀ ਜਿਸ ਪੱਧਰ ਤੇ ਲੋਕਾਂ ਨੂੰ ਬਚਾ ਕਰ ਲੋਕਾਂ ਨੂੰ ਯਤਨ ਕਰਨੇ ਚਾਹੀਦੇ ਜਿਹੜੇ ਕਿ ਆਪੇ ਤੌਰ ਤੇ ਉਹਨਾਂ ਨੇ ਕਰਨੇ ਆ ਜੀ ਤੇ ਹੁਣ ਇਹ ਤੇ ਹੈ ਨਹੀਂ ਕਿ ਤੁਸੀਂ ਇੱਕ ਦੂਜੇ ਦੇ ਵਿੱਚ ਵੱਜਦੇ ਫਿਰ ਉਹ ਕਰੋਨਾ ਪੀੜਤ ਫਿਰ ਉਹ ਇਹ ਪਤਾ ਕਿ ਕਰੋਨਾ ਪੀੜਤ ਹੋ ਗਿਆ ਜੀ ਮੌਤ ਹੋ ਗਈ ਜੀ ਫਿਰ ਵੀ ਆਪਾਂ ਇੱਕ ਪਰਿਵਾਰ ਦੇ ਜੀ ਹੁੰਦੇ ਆ ਜਾਂ ਸਾਂਝ ਵਾਲੇ ਹੁੰਦੇ ਆ ਦੁੱਖ ਹੁੰਦਾ ਹੈ ਤੁਹਾਨੂੰ ਸ਼ਾਮਿਲ ਵੀ ਹੋਣਾ ਪੈਂਦਾ ਹੈ ਪਰ ਜੀ ਇਹ ਜਿਹਨੇ ਗਾਈਡਲਾਈਨ ਜਿਹਨੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਜਿਹੜੀ ਅੱਜ ਅਜੇ ਵੀ ਘੱਟ ਹੈ ਤੇ ਪਿੰਡਾਂ 'ਚ ਮੌਤਾਂ ਦੀ ਦਰ ਵੱਧ ਰਹੀ
जी 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 वल्टोआ साहब दो मिनट रह गए, आप एक ब्रेक लवेंगे। मैं एक छोटा जहा क्वेश्चन इस बाबत पूछ के आप अगले सैगमेंट वाल जावे। वल्टोआ साहब कल की खबर है जी, एक अमृतसर साहब सिटी थोड़े तो ज़्यादा दूर नहीं है, बहुत ज़्यादा केस है, बैड तो किसी भी शहर किसी हस्पताल नहीं मिल रहा। इनू आप एक पासे रख दें, लॉकडाउन लग्या होया वल्टोआ साहब, चलो अनाउंस करता, पुलिस का काम है कि उन्होंने इंप्लीमेंट करे। अमृतसर साहब नहीं, मैं माफ़ी मांगदा जी, जलंधर लागे या फगवाड़े दी, एक पुलिस ऑफिसर वालों किसी गरीब सब्जी वाले दी टोकरी ते लत मारी जाती है, हो सकता उसकी गलती होवे, पर जिहड़ा लत मारना कित्थों तक सर तक ठहराउंदे हो जी तुसीं? मेरा ख्याल है कि जिहड़ी उह घटना जिस तरह का पुलिस ऑफिसर ने जी उसकी जिनी भी निंदा की जाए उन्नी थोड़ी, इंज जापता है कि जिमें उस ऑफिसर इंसानियत ही ना हो, गरीब की गरीब समझ की थान पर जिस तरह का वर्ताव दे वालों किया गया। और मेरा ख्याल है कि सोशल मीडिया मीडिया रौला पैन तो बाद उस सच में जरा सस्पेंड भी कर दिता गया, कि बाकी वास्ते मैसेज होगा हूँ गरीब है जिन्हें रात को चार पांच जी पालने की रोटी वास्ते पैसा चाहिए है, पैसा जो माड़ा मोटा करके तद ही आए, सरकार उन्होंने खातिया के पैसे पावे उन्होंने देवे तो तद तो ठीक है, कि फिर भी दुकाना लाते हैं रेहड़िया लाते ना कर दो जी, बिजली के बिल भी उस तरह तुरे आते हो, किराए भी उस तरह तुरे आते हम दुकाना के, होर टैक्स भी उस तरह हो, फिर तुम कहो कि लोग घर के बह जान ये बड़ा हो। जी 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 वल्टोआ साहब आपू तुम इजाजत दो, सिर्फ छोटी जी ब्रेक लें दो मिनटा की, तो आप दूजे सैगमेंट वे हैं। दर्शकों ने सरदार विरसा सिंह वल्टोआ अपने न जुड़े हुए ने, आप लें एक छोटी जी ब्रेक, इस तरह बने रहो जस पंजाबी दे। स्वागत जी थोड़ा सारे का फिर प्रोग्राम ओपन प्लेटफॉर्म जस पंजाबी ते। दर्शकों मैं थोड़ा गुरलाल, अपना मुअज्जज मेहमान सरदार विरसा सिंह वल्टोआ जी बने हुए हैं, अगले क्वेश्चन नाल वधदे हैं। वल्टोआ साहब मेरा क्वेश्चन अगला है कि कोरोना महामारी ते आपां क्लीयरेंस लै ली, असीं तां इह ऐड कीता सी क्योंकि इंसानियत मर रही है, बड़ा दुख हुंदा जदों पिक्चरां देखदे हां असीं इंडिया के हालात देख के बहुत दुख हुंदा, तां करके एक क्वेश्चन पुछे सी, अगे वधदे हां। वल्टोआ साहब तन श्री गुरु ग्रंथ साहब जी की बेअदबी होंगी है 2015 असी किसी नूं दोषी नहीं ठहरा रहे एट दिस पॉइंट, क्योंकि माणयोग अदालत जिन्ना चर किसी नूं दोषी नहीं कह दिंदी ते आपां किसी नूं दोषी नहीं कह सकते। तुहानूं लगता कि जदों उस वेले तुहाडी दूसरी टर्म सी 2015 दे विच, तुहाडी सरकार सरदार प्रकाश सिंह बादल दे नेतृत्व च बहुत सोहनी चल रही सी, तुहानूं लगता कि किते ना किते कोई गलती हुई कि जिहड़े आरोपी है वह फड़े नहीं गए टाइम ना, तो उही कारण होया कि 2017 वो वड्डा कारण रहा कि तुहानू हार दा सामना देखना पिया 2017 दे विच एज ए श्रोमणी अकाली दल? गुरलाल जी कोई दुरावा नहीं गया कि जिहड़ियां बेअदबी दियां मंद पापियां सी जी उन्होंने हर सिख नूं बहुत जी हर सिख दुखी होया, और सानू इस करके वध दुख है कि साडी सरकार समय और घटनावां जदों कोई पकड़दियां जां कोई शरारत करदा है जी जां कोई शाज करदा है ते ना तो किसी नूं पुछ के रचदा है ते ना कोई शरारत किसी नूं, और पंजाब दे अंदर ये साजिश जां ये शरारत क्यों की गई जांच तक जी और जांच मुकम्मल होने तो बाद जो तक सामने आने दावा होगा कि यह कोई देश विरोधी ताकत का काम पंजाब विरोधी ताकत जी कोई राजनीतिक नाहा लैन की खातर अजिहा किया कोई सिख विरोध ताकत का काम, और चिंतावान ने गया कि घटनावां जिहड़ियां ने अक्टूबर 2015 विच वापरदियां, और उस तों बाद जिन्ना दो महीने जो कीते ने जी किसे नूं ओला नहीं
कि समुचा पंजाब धरनिया मुजाहरिया का और रोस का जोड़ा सगा वो प्रगटावा हो रहा जी और ना ही जी है कि खास करके कांग्रेस पार्टी जी चाहे उस समय प्रताप भाजपा प्रधान से कांग्रेस के पंजाब के चाहे कैप्टन अमरिंदर सिंह से जोड़े व्डे आगू से और डिप्टी लीडर से कांग्रेस के चाहे राहुल गांधी से जी समुची कांग्रेस पार्टी आम आदमी पार्टी से होर विरोधी धिर से पंथक जथेबंदियां सगिया इतों तक जेडे उन्होंने वालों भी जी मंग सी जांच है पंजाब सरकार ते पंजाब ये जांच जी है सीबीआई ने दी है जी और दबाव इन्ना ज्यादा बनाया गया कि राष्ट्रपति तक मिलया गया कांग्रेस पार्टी और यह अजे हालात पैदा कर कि पंजाब सरकार ने पंजाब कि ये जांच सानू नहीं तो अखीर पंजाब सरकार सरदार प्रकाश सिंह बादल ने उन्होंने जी जांच है सी और उस समय जो जांच को चलेगी तो पंजाब पुलिस के उत्ते सरकार के उत्ते बेतबारी पैदा कर दी गई जी फिर जांच कौन करू और जिन्होंने जांच दवाई सी और 2017 की विधानसभा अमरिंदर सिंह होर दावा किया जी सरकार बनती है नंगिया करो और उन्होंने कटहरे जावा दो साढ़े चार साल तो कोई बंदा फड़े किसी तरह की कोई जांच सारे किसी तरह लगी किसी सजा हुई इतों तक के डी आई जी रणबीर सिंह खटड़ा ने जो सीबीआई केस वापस आता जी कर दी है सीबीआई केस जोड़ा आ पंजाब दे दे उही जस्टिस जो केस सीबीआई तो पंजाब हवाले कर देते अमोल रतन सिंह पंजाब एंड हरियाणा हाईकोर्ट 4 जनवरी 2021 जिस तरह हम कोटपुरा गोलीकांड बारे और विजय प्रताप सिंह सिट जी जांच जी इस तरह ही 4 जनवरी 2021 जी है बेअदबी की जांच जी वीर सिंह खट्टड़ा वालों जी अदालत पेश किया गया दौरान वो रद्द कर दिता गया जी तुम हैरान कि कभी किसी मीडिया चैनल के बारे डिस्कशन हो कभी किसी पंथे या किसी होर बारे गल की बेअदबिया बारे जी जांच वो भी 4 जनवरी रद्द हो चुकी जी गल करते कैप्टन अमरिंदर सिंह कहते मैं इंसाफ देना ते साढ़े को क्योंकि समा नहीं मिले हालात इस तरह के जांच सीबीआई देनी पड़ेगी असी महसूस करते वल्टो साहब एक ना मैं दर्शकों एक चीज़ क्लीयर कर दूँ वालों कि चाहे वह खटड़ा साहब की जाँच हो उस तो बाद कुंवर विजय प्रताप सिंह जी जाँच होवे कुंवर विजय प्रताप की जी सिट डिनाई किया गया हाईकोर्ट वालों ठीक है आप उत्ते बाद चाहते हैं एक सारी जी थे NRI बेल्ट है उन्होंने एक गल क्लीयर कर दी है कि चाहे किसी के अधीन बनी हो खटड़ा साहब के होण कुंवर विजय प्रताप सिंह कि वो श्रोमणी अकाली दल या भाजपा जो भी सी उन्होंने सहयोग दिता गया उस जांच दे चंगी तरह देखो जिहड़ी भी SIT बनी सी जी जिस किसी ने भी किसी भी अकाली लीडर सद्या अकाली लीडर ने सरदार प्रकाश सिंह बादल जी सद्या गया तो प्रकाश सिंह बादल पैदा सरदार सुखबीर सिंह बादल जी सद्या गया वो भी पेश हो मनतार सिंह बराड़ ने जो जिन्होंने भी सद्या गया वो सारे इस तरह की भी जानकारी उन्होंने चाहिए सवाल किए उन्होंने जवाब जो बखैदा और सारा कुछ रिकॉर्ड के जो जवाब क्योंकि जिस तक मैंने जानकारी है वो वीडियो रिकॉर्डिंग भी हुई जो वीडियो के सारे सवालों के जवाब दिते हो पहली तो गल है कि जो सद्या किसी ने अकाली दल की लीडर ये साढ़े वालों पूरा सहयोग दिया जाता जी
जी। हुण वटो साहब आउंदे, चलो आ तुसीं बहुत वधिया क्लैरिफिकेशन दित्ती। बहुत मनां दे विच क्वेश्चन सीगे कि भी उन्होंने शायद साथ दिता या नहीं दिता। धन्नवाद तुहाडा। वल्टोआ साहब, की कारण रहे है कि कुंवर विजय प्रताप सिंह की जिहड़ी अगवाई दे विच सिट सीगी, उन्होंने पता नहीं किन्ने महीने या साल तो उपर टाइम लाया, जो उन्होंने करना सी कीता, उस तो बाद पंजाब माणयोग पंजाब हरियाणा हाई कोर्ट ने उस सिट नूं डिमिस कर उन्हूं डिसमिस कर दिता, की कारण रहे होणगे? देखो गुरलाल जी, कोई भी SIT बनती है इनवेस्टिगेशन टीम जी, इनवेस्टिगेशन टीम का काम है इनवेस्टिगेशन करना, और सांझे रूप च करना जी। वक् वक् दिमाग वरत के सीनियर पुलिस ऑफिसर जिहड़े वड्डे वड्डे इनवेस्टिगेटर जो तो सांझे रूप च करनगे ਦਾ ਜਿਹੜਾ ਰਿਜ਼ਲਟ ਹੈ ਬਿਹਤਰ ਹੋਏਗਾ। ਇਸੇ ਕਰਕੇ ਜਿਹੜੀ SIT ਦਾ ਕੰਮ ਸੀਗਾ ਕਿ ਜਿਹੜੀਆਂ ਉਹ ਮੰਦਭਾਗੀਆਂ ਸੀ ਉਹਨਾਂ ਦੇ ਦੋਸ਼ੀਆਂ ਤੱਕ ਔਰ ਦੋਸ਼ੀਆਂ ਨੂੰ ਨੰਗਿਆ ਕਰਨਾ, ਤੇ ਇੱਥੇ ਦੋਸ਼ੀਆਂ ਨੂੰ ਨੰਗਿਆ ਕਰਨ ਦੀ ਬਜਾਏ ਇੱਥੇ ਸਿਆਸਤ ਕੀਤੀ, ਜਿਹੜੀਆਂ ਉਹਨਾਂ ਘਟਨਾਵਾਂ ਵਾਸਤੇ ਉਹਨਾਂ ਨੂੰ ਡੱਬਣ ਦੀ ਥਾਂ ਤੇ ਕੇਵਲ ਅਜਿਹੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ 2017 ਦੇ ਵਿੱਚ ਬੇਅਦਬੀ ਦਾ ਇਸ਼ੂ ਬਣਾਉਂਦੇ ਅਜਿਹੇ ਹਾਲਾਤ ਪੈਦਾ, ਉਸ ਸਮੇਂ ਜਿਹੜੀਆਂ ਕਾਂਗਰਸ ਨੇ 2022 ਦੇ ਨੇੜੇ ਵੀ ਅਜਿਹੇ ਹਾਲਾਤ ਦਿੱਤੇ ਜਾਣ ਜਿਹਦੇ ਨਾਲ ਭੌਂ ਕੇ ਜਿਹੜਾ ਆ ਸੱਤਾ ਕੋਈ ਚੜਿਆ ਜਾ ਸਕੇ। ਸਿਆਸਤ ਕਰੋ ਜੰਮ ਜੰਮ ਕੇ ਕਰੋ, ਸਿਆਸਤ ਕਰਨ ਦੇ ਬਹੁਤ ਮੁੱਦੇ ਨੇ, ਪਾਰਟੀ ਕਰਦੀਆਂ ਆਈਆਂ ਨੇ ਲੰਬੇ ਸਮੇਂ ਤੋਂ ਕਰਦੀਆਂ ਨੇ, ਤੇ ਜਦੋਂ ਦੇਸ਼ ਆਜ਼ਾਦ ਹੋਇਆ ਜਦੋਂ ਸਿਆਸਤ ਕਰਦੀਆਂ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਤੇ ਹੋਰ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਚਾਹੇ ਬਹਿਬਲ ਕਰਾਉਂਦੀਆਂ, ਉਹਨਾਂ ਦੀ ਸਿਆਸਤ ਨੇ ਉਹਦੇ ਉੱਤੇ ਤਾਂ ਇਨਸਾਫ਼ ਦੇ ਦਿਓ ਜੀ। ਔਰ ਦੇਖੋ ਸਭ ਤੋਂ ਪਹਿਲੀ ਗੱਲ ਹੈ ਕਿ 5 ਮੈਂਬਰੀ SIT ਬਣੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਸਪੈਸ਼ਲ ਇਨਵੈਸਟੀਗੇਸ਼ਨ 5 ਮੈਂਬਰੀ ਸੀ, ਜਿਹਦੇ ਹੈੱਡ ਸੀਗੇ AED ਜਿਹੜੇ ਕਿ ਹੁਣ DGP ਬਣੇ ਨੇ ਪ੍ਰਬੋਧ ਕੁਮਾਰ ਜੀ 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 ਜੀ। ਉਹਨਾਂ ਦੇ ਨਾਲ IG ਜਿਹੜੇ ਸੀਗੇ, ਦੂਜੇ ਨੰਬਰ ਤੇ ਸੀ ਅਰੁਣਪਾਲ ਸਿੰਘ ਜੀ, ਤੀਜੇ ਨੰਬਰ ਸੀਗੇ IG ਕੁੰਵਰ ਵਿਜੇ ਪ੍ਰਤਾਪ ਸਿੰਘ, ਸੀਨੀਓਰਟੀ ਵਾਈਜ਼ ਮੈਂ ਦੱਸਦਾ, ਚੌਥੇ ਨੰਬਰ ਤੇ ਸੀਗੇ SSP ਸਤਿੰਦਰ ਸਿੰਘ ਜੀ, ਤੇ 5ਵੇਂ ਨੰਬਰ ਤੇ ਸੀ SSP ਅਮਰਿੰਦਰ ਸਿੰਘ, SP ਲੈਵਲ ਦੇ ਸੀ। ਹੁਣ 5 ਮੈਂਬਰੀ SIT ਜਾਂਚ ਸ਼ੁਰੂ ਕਰ ਦਿੰਦੇ, ਜਾਂਚ ਚੱਲ ਰਹੀ ਹੈ, ਇੱਕ ਦੂਜੇ ਨਾਲ ਬੈਠਦੇ ਨੇ ਜੀ, ਔਰ ਅਖੀਰ ਜਿਹੜੀ ਉਹ 4 ਮੈਂਬਰ ਨੇ ਕੁਮਾਰ ਜੀ ਦੇ ਜਿਹੜੇ ਹੈੱਡ ਨੇ, ਬਾਕੀ 3 ਮੈਂਬਰ ਜਿਹੜੇ ਨੇ ਉਹ ਲਿਖਦੇ ਹੈ ਕਿ ਕੁੰਵਰ ਵਿਜੇ ਪ੍ਰਤਾਪ ਜੀ SIT ਦੇ ਨਾਲ ਔਰ ਇਹ ਮਨਮਰਜ਼ੀ ਕਰ ਰਹੇ ਨੇ, ਇਹ ਜਾਂਚ ਨਿਰਪੱਖ ਨਹੀਂ ਕਰ ਰਹੇ, ਇਹ ਔਡ ਹੈ ਜਿਹੜੀ DGP ਲਿਖੀ ਗਈ। ਹੁਣ ਤੁਸੀਂ ਦੱਸੋ SIT ਜਦੋਂ ਜਿਹੜੇ ਉਹਦੇ ਮੈਂਬਰ ਨੇ ਇਹਨਾਂ ਦਾ ਕੰਮ ਇਨਵੈਸਟੀਗੇਸ਼ਨ ਕਰਨਾ, ਜਦੋਂ ਇੱਕ ਮੈਂਬਰ ਦੇ ਉੱਤੇ ਉਹ ਇਤਰਾਜ਼ ਉਠਾ ਦਿੰਦੇ ਨੇ, ਸਵਾਲ ਉਠਾ ਦਿੰਦੇ, ਅਸੀਂ ਤੇ ਉਠਾਏ ਨਹੀਂ ਜੀ, ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਹੋਈ SIT ਜਿਹੜੇ 4 ਮੈਂਬਰ ਨੇ, ਇੱਕ ਤਾਂ ਕੋਈ ਹੋਵੇ, 4 ਜਣੇ ਇੱਕ ਪਾਸੇ ਨੇ ਤੇ ਜੇ ਪ੍ਰਤਾਪ ਸਿੰਘ ਇਕੱਲਾ ਇੱਕ ਪਾਸੇ ਹੈ, ਤੇ ਉਹ ਸਵਾਲ ਉਠਾਉਂਦੇ ਹੈ ਕਿ ਜਾਂਚ ਪੱਖ ਨਹੀਂ ਕਰਦੇ ਮਨਮਰਜ਼ੀ, ਔਰ ਮਨਮਰਜ਼ੀ ਜਦੋਂ ਤੁਸੀਂ ਮੌਕੇ ਦਿਓਗੇ ਜੀ, ਤੇ ਫਿਰ ਕੁਦਰਤ ਜਿਹੜੀ ਇਹ ਪੀੜਤ ਘੇਰਿਆ ਜਿਨ੍ਹਾਂ ਦੇ ਉੱਤੇ ਚਲਾਣ ਪੇਸ਼ ਕੀਤੇ ਗਏ, ਪਾਇਆ ਗਿਆ ਗੁਰਦੀਪ ਸਿੰਘ ਜਿਹੜਾ SHO ਸੀ, ਜਾਂ ਜਿਹੜੇ ਹੋਰ ਹਾਈਕੋਰਟ ਜਾਂਦੇ ਨੇ, ਹਾਈਕੋਰਟ ਦੇ ਵਿੱਚ ਉਹ ਆਪਦੀ ਪ੍ਰੇਅਰ ਕਰਦੇ ਨੇ ਕਿ ਪਹਿਲੀ ਤਾਂ ਗੱਲ ਹੈ ਕਿ ਜਿਹੜੀਆਂ ਇੱਕ ਕੇਸ ਜਿਹੜੀ FIR ਹੁੰਦੀ ਆ ਉਹ ਇੱਕ ਦਰਜ ਜੀ, ਇਸ ਕੇਸ ਦੇ ਵਿੱਚ 2 FIR ਕਿਉਂ ਦਰਜ, ਜੇ 2 ਦਰਜ ਕੀਤੀਆਂ ਗਈਆਂ ਆ, ਜਿਹੜੀ ਪਹਿਲੀ FIR ਜਿਹੜੀ 2017 ਦੇ ਵਿੱਚ ਕੀਤੀ ਸੀ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਜੀ, ਉਹਨੂੰ ਕਿਉਂ ਪਾਸ ਕੀਤਾ ਗਿਆ? ਦੂਜਾ ਉਹਨਾਂ ਕਿਹਾ ਕਿ ਇਹ ਜਾਂਚ ਜਿਹੜੀ ਨਿਰਪੱਖ ਨਹੀਂ ਹੋਈ ਤੇ ਇਹ ਜਾਂਚ ਜਿਹੜੀ ਆ ਰੱਦ ਕੀਤੀ ਜਾਵੇ ਜੀ। ਹੁਣ ਜਦੋਂ ਜਾਂਚ ਦੇ ਉੱਤੇ ਬਹਿਸ ਹੋਈ, ਡਿਟੇਲ ਬਹਿਸ ਹੋਈ ਔਰ ਸੁਪਰੀਮ ਕੋਰਟ ਦੇ ਜਿਹੜੇ ਮੰਨੇ ਪ੍ਰਬੰਧਕੀ ਨੇ ਉਹਨਾਂ ਦੇ ਵਿੱਚੋਂ ਇਹ ਲੂਥਰਾ ਜੀ ਜੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਵੱਲੋਂ ਪੇਸ਼ ਕੀਤੇ ਨੇ, ਜਿਨ੍ਹਾਂ ਨੇ ਬਹਿਸ ਕੀਤੀ, ਬੜੇ ਬਹਿਸ ਕਰਦੇ ਨੇ
हरियाणा हाई कोर्ट उन्होंने बेटे जोड़े ने जी जो तत् सामने आए तंदा खुलनिया शुरू हुई जी फिर जो महसूस करते हैं कि जस्टिस साहबान ने यह महसूस किया कि यह तो केवल तो केवल सियासत उन्होंने ये क्या भी है कि जांच निरपक्ष नहीं एक से रंजिश के तहत की गई है और ये सियासत तो फिर जी 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 ताकि दुख है कि ये जांच जी हो के किसी चाहती जी अब सियासत की गई है पंजाब हरियाणा हरियाणा हाई का वड्डा ऑर्डर पास करना की स्ट्रक्चर है पार्टी स्ट्रक्चर जोड़े है वह कौन से प्रताप के उत्ते पास किए गए कि यह बंदा किसी भी तरह इन्वेस्टिगेशन के नहीं बड़े खड़े होंगे मैं लगता मैं एक बार फिर किसी दिन टाइम लाना पेगा कि जो बाकी दे सिट मैंबर किसी भी कारण करके छड़ के सिट चले गए सी तो उत्थे कलैक्टिव रिस्पांसिबिलिटी सरकारां दी नहीं बनती सी कि एक बंदे की जांच तो सिरे चढ़नी ही नहीं किसी होर नूं विच पा के नवी सिट टाइम रेंदे बना देंदे नंबर वन। नंबर टू ये सीगा कि मन लो किसी भी कारण करके जे आह कोई एविडेंस कलैक्टिव नहीं हो रहे या कुछ हो नहीं रहा किसी पार्टी विरुद्ध जा रहा या काम या किदां कि वो टाइम रेंदे ही ए ना कि एक इलेक्शन होने से 10 महीने रह गए तो हूँ आप चलान पेश कर दे तो कोर्ट रद्द कर देता यह पहला हो जाना चाहिए सीगा। बहुत क्वेश्चन खड़े होंगे उल्टवा साहब आप एक छोटी जी ब्रेक लें असी दुआ करते हैं कि तुम गवर्नमेंट फॉर्म करो तो जी दो व्यक्तियों की जी मौत हो जाती पुलिस की गोली ना फॉर वट एवर रीजन जवाब देना चाहूँगा जी। सब तो पहली तो कहते हैं जो चार मैंबर साहबान ने चिट्ठी लिख फर्ज बनता सी पंजा नूं कट्टा कर जी और जो शंके पैदा हुए सी वो दूर करना ते कलेक्टिवली उन्हां नूं कोर्ट तैयार कर कहना चाहिए जी 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 दे बारे यद जी चार होर पा दंदे जो नहीं रहना चाहुंदे तां उन्हां दा फर्ज बनता सीगा जी और उन्हां ने कुछ कीता कीता इस करके नहीं कि जो चाहुंदे सी वो कुंवर विजय प्रताप कर रहे सी उन्हां दी मंशा पूरी हो रही सी इस करके उन्हें कितें सुनी नहीं ते इस करके जिहड़ा इसे करके हाई कोर्ट कहा कि एक अथे घोड़े की तरह जी मौजूदा सरकार उन्होंने वरत्या ये लफ्ज़ कहा हाई कहने तो जो बंदा वरतों चाह रहा हो फिर सज्जे खब्बे जाने की लोड़ नहीं चलते उस कल नहीं चलते जी जी वल्टोआ साहब अपन सिर्फ तुहाडी इजाजत नाल 2 मिनट लई ब्रेक लेनी पै रही है उस तो बाद आपां अगे वधदे हां। दर्शको साडे नाल जुड़े हुए ने सरदार विरसा सिंह वल्टोआ जी फॉर्मर MLA हलका खेमकरण ते आपां रुकदे हां एक छोटी जी ब्रेक लई इसे तरह बने रहो जस पंजाबी ते। स्वागत जी तुहाडा सारयां दा फेर प्रोग्राम ओपन प्लेटफॉर्म जस पंजाबी ते। दर्शको मैं तुहाडा गुरलाल हाजिर अपने नाल जुड़े हुए ने सरदार विरसा सिंह वल्टोआ जी आपां उन्हां नाल अगला क्वेश्चन करदे हां। वल्टोआ साहब बहुत सोहना एलैबरेट किया जी तुसी बाकी सारिया चीज़ों पर असी दुआ करते हैं कि तुसी गवर्नमेंट फॉर्म करो अगली बारी तो श्री गुरु धन श्री गुरु ग्रंथ साहब जी के जेडे बेअदबी के दोषी है उन्होंने सलाखों पिछे उन्होंने बनती सज़ा मिले तो जेडे दो नौजवानों की मौत हुई सी पुलिस की गोली कारण जो भी उस दोषी है उन्होंने सज़ा मिले असी दुआ करते हैं। आप सैगमेंट में इतने रहने दें अगे बढ़ते हैं। वल्टोआ साहब किसान अंदोलन वल जाने आप जदों यह काम शुरू होया सी पिछले साल जदों ड्राफ्ट तैयार किए गए सी 3 कृषि बिलों के मैं हर खास करके श्रोमणी अकाली दल के नेतावान को पूछदा ना तुहानूं नहीं लगता कि उस वक्त ही तुहाडे अपने प्रधान जी जिहड़े हैगे आ डिप्टी CM पूर्व डिप्टी CM सरदार सुखबीर सिंह बादल ते बीबा हरसिमरत कौर बादल जी उस वेले ही उन्हां नूं कहिंदे उस वेले ही इस्तीफा फड़ाउंदे कि साडे इह पूरे फैडरल ढांचे नूं सट वजन वाली है असी इन्हां दे हितां च नहीं तां ओह बैटर हुंदा अज दी जिहड़ी सिचुएशन नूं लै के। देखो गुरराज जी कोई दुरावा नहीं गया कि जदों ऑर्डिनेंस आए सब तो पहले तो ऑर्डिनेंस आया सी बिल बन के नहीं सी है जी ते इच कोई दुरावा नहीं गया कि अकाली दल ਇਹਦੇ ਬਾਰੇ ਜ਼ਰੂਰ ਗੱਲ ਕੀਤੀ ਹੈ ਜੀ। ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਕੀਤੀ ਹੈ ਕਿ ਇਹ ਖੇਤੀ ਨਾਲ ਸੰਬੰਧਿਤ ਹੈ ਕਿ ਇਹਦੇ ਬਾਰੇ ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ
पर जदों तुहानू ये दस दिता जाए कि किसानों की बेहतरी वास्ते है, किसानों का विचार पंद्रह करके किया गया है, और जदों आर्डिनेंस बाहर आते जी आर्डिनेंस जारी होंगे ने तो सरदार दरबारा सिंह कालू वर्गा जिहड़ा खेती कार जिहड़ा वाइस चांसलर रहे ने सरदारा सिंह जोल की गल कर रहे जी। हाँ जी हाँ सरदार सरदारा सिंह जोल जिहड़े खेती मार ने बड़े अर्थशास्त्र जी उन्होंने शख्सियतां भी कह देना कि ये जिहड़े ये वाकई जिहड़े आ मतलब मेरे मन की पसंद है कि भंबल भूसा पैदा हो इस करके जिहड़ा आ असीं जदों किसानां नाल गल जदों किसानी दी गल उठी कि ये जिहड़े ऑर्डिनेंस ने जिहड़ा कानून बन रहा है ये खेती विरोधी उन्होंने वालों सब तो पहली गल की गई कि सानूं सब तो वड्डा खतरा जिहड़ा कि ये खेती कानून लागू होने के नाल मंडियां खत्म हो जाएगियां एमएसपी खत्म हो जाएगी बीज खत्म जी साडे वल्लों पहुंच की गई केंद्र सरकार तक तो केंद्र सरकार ने खेतीबाड़ी जारी कि मंडियां भी जारी रहनगियां खरीद भी जारी हो एमएसपी भी जारी तो जदों तां जथेबंदियां ने कह दिता कि यह जिहड़ी चिट्ठी आ एम भी जिहड़ा आ रद्दी दी ਇਹ ਤੇ ਤਰ੍ਹਾਂ ਦਾ ਇੱਕ ਵੀਰ ਦਾ ਹੁਕਮ ਹੈ ਜੀ ਇਸ ਟਾਈਮ ਵੀਰਾ ਦਾ ਹੁਕਮ ਹੈ ਇਹ ਇਹ ਸਾਨੂੰ ਪ੍ਰਵਾਨ ਨਹੀਂ ਔਰ ਫਿਰ ਸ਼੍ਰੋਮਣੀ ਅਕਾਲੀ ਦਲ ਨੇ ਹਰੇਕ ਕਿਸਾਨੀ ਮਾਹਰਾਂ ਦੇ ਨਾਲ ਕਿਸਾਨਾਂ ਦੇ ਨਾਲ ਪੰਚ ਨਾਲ ਸਲਾਹ ਮਸ਼ਵਰਾ ਕਰਤਾ ਅਸੀਂ ਵੀ ਜਿਹੜਾ ਫਿਰ ਕਹਿੰਦਾ ਇਹ ਮਹਿਸੂਸ ਕੀਤਾ ਕਿ ਵਾਕਿਆ ਕਿਸਾਨ ਜਿੱਥੇ ਜਿਹੜੀ ਗੱਲਾਂ ਕਰ ਰਹੀਆਂ ਨੇ ਜਿਹੜੇ ਜਿਹੜੇ ਸ਼ੰਕੇ ਪ੍ਰਗਟ ਕਰ ਰਹੇ ਨੇ ਸਹੀ ਉਸ ਤੋਂ ਬਾਅਦ ਅਸੀਂ ਇਹ ਗੱਠਜੋੜ ਦਾ ਹਿੱਸਾ ਸੀ ਗੱਠਜੋੜ ਦੇ ਵਿੱਚ ਰਹਿ ਕੇ ਜਿਹੜੇ ਸ਼ੰਕੇ ਸੀ ਜਿਹੜੇ ਨੁਕਤੇ ਸੀ ਕਿਸਾਨ ਜਥੇਬੰਦੀ ਤੱਕ ਪਹੁੰਚਾਉਂਦੇ ਰਹੇ ਕਿ ਜਿਹੜੇ ਆ ਜੀ ਇਹ ਨੁਕਸਾਨ ਕਰਨਗੇ ਕਿਸਾਨੀ ਦਾ ਅਤੇ ਇਹਨਾਂ 'ਚ ਸੁਧਾਰ ਕੀਤਾ ਜਾਵੇ ਪਹਿਲੇ ਰੂਪ 'ਚ ਇਹੀ ਸੀਗਾ ਕਿ ਜਿਹੜੇ ਆ ਜਿਹੜੀਆਂ ਉਹ ਜਾਂ ਵਿੱਚੋਂ ਕੱਢ ਦਿੱਤੀਆਂ ਜਾਣ ਜਾਂ ਕਿਸਾਨ ਮੁਤਾਬਕ ਦੇ ਵਿੱਚ ਪਾ ਦਿੱਤੇ ਜਾਣ ਕਿਸਾਨ ਵੀ ਕਰਦੇ ਰਹੇ ਕਰਦੇ ਨੇ ਫਿਰ ਜਦੋਂ ਬਿੱਲ ਟੇਬਲ ਹੋਣਾ ਸੀਗਾ ਪਾਰਲੀਮੈਂਟ ਤੇ ਪਾਰਲੀਮੈਂਟ ਵਿੱਚ ਆਉਣ ਤੋਂ ਤੱਕ ਸਾਡੇ ਯਤਨ ਰਹੇ ਕਿ ਨਾ ਕਰੋ ਇਹਦੇ 'ਚ ਜਿਹੜੇ ਪ੍ਰੋਪਰ ਨੇ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਨੇ ਸੁਧਾਰ ਉਸ ਫਿਰ ਟੇਬਲ ਕਰੋ ਅਤੇ ਉਹ ਅੱਜ ਠੀਕ ਹੈ ਜੀ ਇੱਥੋਂ ਤੱਕ ਅਖੀਰ ਤੱਕ ਉਹ ਹਾਂਜੀ ਹਾਂਜੀ ਕਰੀਏ ਇਹ ਅਖੀਰ ਉਹਨਾਂ ਨੇ ਜਿਹੜਾ ਟੇਬਲ ਕਰ ਦਿੱਤਾ ਜਦੋਂ ਬਿੱਲ ਕਰ ਦਿੱਤਾ ਤਾਂ ਅਕਾਲੀ ਦਲ ਨੇ ਫੈਸਲਾ ਕੀਤਾ ਸੀ ਕਿ ਜੇ ਨਹੀਂ ਮੰਨਦੇ ਜੇਕਰੇ ਬਿੱਲ ਸੁਧਾਰ ਕੇ ਨਹੀਂ ਲੈ ਕੇ ਆਉਂਦੇ ਜਥੇਬੰਦੀਆਂ ਦੇ ਕਦਮ ਨਹੀਂ ਚੁੱਕਦੇ ਤੇ ਫਿਰ ਅਕਾਲੀ ਦਲ ਵਿਰੋਧ ਕਰੂਗਾ ਔਰ ਅਕਾਲੀ ਦਲ ਨੇ ਡਟ ਕੇ ਅਕਾਲੀ ਦਲ ਨੇ ਡਟ ਕੇ ਔਰ ਕੇਂਦਰੀ ਬਾਜ਼ਾਰ ਜੀ ਜੀ ਬਲਟੋਆ ਸਾਹਿਬ ਤੁਹਾਡਾ 9 ਮਾਸ ਦਾ ਰਿਸ਼ਤਾ ਗਿਣੀ ਜਾਣ ਵਾਲੀ ਭਾਰਤੀ ਜਨਤਾ ਪਾਰਟੀ ਆਪਾਂ ਜਿਹੜੇ ਸੈਂਟਰ 'ਚ ਬੈਠੇ ਦਿੱਲੀ 'ਚ ਆਪਾਂ ਉਹਨਾਂ ਨੂੰ ਛੱਡ ਦਿੰਦੇ ਹਾਂ ਜਿਹੜੇ ਪੰਜਾਬ 'ਚ ਤੁਹਾਡੇ ਪੁਰਾਣੇ ਸਾਥੀ ਨੇ ਚਾਹੇ ਉਹ ਸੀਨੀਅਰ ਲੀਡਰਸ਼ਿਪ 'ਚੋਂ ਲੈ ਲਓ ਮਨੋਰੰਜਨ ਕਾਲੀਆ ਜੀ ਲੈ ਲਓ ਮਿੱਤਲ ਸਾਹਿਬ ਲੈ ਲਓ ਜਿਆਣੀ ਸਾਹਿਬ ਲੈ ਲਓ ਕਿ ਤੁਸੀਂ ਐਜ਼ ਅ ਸ਼੍ਰੋ ਨਾਤਾ ਤੋੜਨ ਤੋਂ ਪਹਿਲਾਂ ਸਾਰੇ ਨੇਤਾਵਾਂ ਨੇ ਉਹਨਾਂ ਨੂੰ ਅਰਜ਼ ਕੀਤੀ ਸੀ ਕਿ ਆਪਾਂ ਕਲੈਕਟਿਵ ਰਿਸਪੋਂਸੀਬਿਲਟੀ ਲੈ ਇਕੱਠੇ ਪ੍ਰਧਾਨ ਮੰਤਰੀ ਜੀ ਕੋਲ ਜਾਈਏ ਜਾਂ ਹੋਮ ਮਿਨਿਸਟਰੀ ਕੋਲ ਜਾਈਏ ਜਾਂ ਕ੍ਰਿਸ਼ੀ ਮੰਤਰੀ ਕੋਲ ਜਾਈਏ ਕਿ ਭਾਈ ਇਹਦੇ ਨਾਲ ਇਕੱਲਾ ਜਿਹੜਾ ਕਿਸਾਨਾਂ ਦਾ ਜਾਂ ਪੰਜਾਬ ਹਰਿਆਣੇ ਦਾ ਨੁਕਸਾਨ ਹੀ ਨਹੀਂ ਕਿ ਜੇ ਤੁਸੀਂ ਐਸੈਂਸ਼ੀਅਲ ਕਮਿਊਨਿਟੀ ਦੀ ਗੱਲ ਕਰਦੇ ਹਾਂ ਜੇ ਤੁਸੀਂ ਦੂਸਰੀ ਗੱਲ ਕਰਦੇ ਹਾਂ APMC ਮੰਡੀਜ਼ ਦੀ ਗੱਲ ਕਰਦੇ ਹਾਂ ਇਹਦੇ ਨਾਲ ਕਰੀਬ ਕਰੀਬ ਸਾਰੇ ਕੰਜ਼ਿਊਮਰਸ ਜਿਹੜੇ ਕੰਜ਼ਿਊਮ ਕਰਦੇ ਆ ਉਹਨਾਂ ਦਾ ਨੁਕਸਾਨ ਹੋਊਗਾ ਜਿਹਦੇ ਵਿੱਚ ਕਿ ਉਹ ਸ਼ਹਿਰੀ ਭਾਈਚਾਰਾ ਵੀ ਵਿੱਚੇ ਆ ਜਾਂਦਾ ਆ ਦੇਖੋ ਗੁਰਲਾਲ ਜੀ ਮੈਂ ਇੱਕ ਮੋਟੀ ਜੀ ਗੱਲ ਦੱਸ ਜੀ ਇਹ ਇਹ ਕੋਈ ਦਰਾਮਾ ਨਹੀਂ ਆ ਕਿ ਗੱਠਜੋੜ ਦਾ ਹਿੱਸਾ ਰਹੇ ਬੜਾ ਉਹਦੇ ਵੀ ਕਈ ਕਾਰਨ ਨੇ ਕਾਰਨ ਮੋਟੇ ਜਿਹੇ ਰੂਪ 'ਚ ਆ ਕਿ ਦੇਸ਼ ਦੇ ਅੰਦਰ ਕੋਈ ਕੇਂਦਰ ਦੇ ਵਿੱਚ ਦੋ ਜਿਹੜੀਆਂ ਪਾਰਟੀਆਂ ਜਿਹੜੀਆਂ ਤਾਕਤਵਰ ਭਾਰਤੀ ਜਨਤਾ ਪਾਰਟੀ ਜੀ ਸਾਨੂੰ ਅੱਜ ਸੂਬਿਆਂ ਦੇ ਵਿੱਚ ਸਿਆਸਤ ਕਰਨ ਵਾਸਤੇ ਜਾਂ ਸੂਬਾ ਸਰਕਾਰਾਂ ਚੁਣਨ ਵਾਸਤੇ ਕਿਸੇ ਨਾ ਕਿਸੇ ਧਿਰ ਦੇ ਨਾਲ ਜਿਹੜਾ ਆ ਉਹ ਜੁੜਨਾ ਪੈਣਾ ਇਸ ਕਰਕੇ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਤੋਂ ਜਾ ਨਹੀਂ ਸੀ ਸਕਦਾ ਜੀ ਉਸਨੇ ਜੋ
ਸਿੱਖਾਂ ਦੇ ਨਾਲ ਕੀਤਾ ਆ, ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਆ, ਕਤਲੇਆਮ ਕੀਤਾ ਆ, ਜਿਸ ਤਰ੍ਹਾਂ ਦੇ ਗੁਨਾਹ ਕੀਤੇ ਆ ਸਿੱਖਾਂ ਦੇ। ਜੀ ਇਸ ਕਰਕੇ ਉਸ ਤੋਂ ਬਾਅਦ ਰਹਿ ਜਾਂਦੀ ਸੀ ਭਾਰਤੀ ਜਨਤਾ ਪਾਰਟੀ, ਔਰ ਭਾਰਤੀ ਜਨਤਾ ਪਾਰਟੀ ਤੱਕ ਵਾਜਪੇਈ ਸਾਹਿਬ ਵਰਗੇ ਔਰ ਅਰੁਣ ਜੇਤਲੀ ਸਵਰਾਜ ਜੀ ਰਹੇ ਨੇ ਜੀ, ਉਹ ਮਾੜਾ ਮੋਟਾ ਪਹਿਲੋਂ ਲੈ ਕੇ ਨਾਲ ਚੱਲਦੇ ਰਹੇ ਜੀ, ਮਾੜੀ ਮੋਟੀ ਸਲਾਹ ਸਰਵ ਕਰ ਲੈਂਦੇ ਰਹੇ। ਪਰ ਜਦੋਂ ਤੋਂ ਮੋਦੀ ਜੀ ਤੇ ਅਮਿਤ ਸ਼ਾਹ ਜੀ ਆਏ ਨੇ, ਇਹਨਾਂ ਨੇ ਕਦੇ ਚੱਲਦੀ ਲੀਡਰਸ਼ਿਪ ਕਿਸੇ ਵੀ ਤਰ੍ਹਾਂ ਔਰ ਇੱਥੋਂ ਤੱਕ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਰਹੇਗੀ, ਜਿਹੜੀ ਭਾਰਤੀ ਜਨਤਾ ਪਾਰਟੀ ਬਹੁਤ ਹੈ, ਜਿਹੜੇ ਮੈਂ ਇੱਥੋਂ ਤੱਕ ਕਹਿ ਵੀ ਦੇਣਾ ਹੈ ਕਿ ਰਾਜਨਾਥ ਸਿੰਘ ਵਰਗੇ ਵੀ ਜਿਹੜੇ ਉਹਨਾਂ ਦੀ ਵੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ। ਤੇ ਜਦੋਂ ਉੱਥੇ ਰਾਜਨਾਥ ਸਿੰਘ ਵਰਗਿਆਂ ਦੀ ਵੱਡੇ ਵੱਡੇ ਪਾਈ ਨਹੀਂ, ਕਾਲੀਆ ਦੀ ਜਾਂ ਮਤਲਬ ਉੱਠਦੀ ਕੋਈ ਨਹੀਂ ਹੈਗੀ, ਜਿਹੜੇ ਉੱਥੇ ਦੇਸ਼ ਦੇ ਉਹ ਜਿਹੜੀ ਮੋਦੀ ਜੀ ਜਾਂ ਅਮਿਤ ਸ਼ਾਹ ਜੀ ਜਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਹੈ ਤੇ ਜਿਸ ਤਰ੍ਹਾਂ ਦੀ ਡਿਕਟੇਟਰਸ਼ਿਪ ਤੇ ਨਾ ਹੀ ਇਹਨਾਂ ਦੀ ਯੁਨਿਟ ਭਾਰਤੀ ਜਨਤਾ ਪਾਰਟੀ ਜਿਹੜਾ ਯੂਨਿਟ ਹੈ ਕਿ ਉੱਥੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਜੋ ਚਾਹੁੰਦੇ ਨੇ ਉਹ ਤੇ ਖੁਦ ਗੱਲ ਸ਼੍ਰੋਮਣੀ ਅਕਾਲੀ ਦਲ ਨੇ ਆਪ ਦਾ ਖੰਡਾ ਜਿੱਤਾਇਆ ਔਰ ਡਟ ਕੇ ਖੜਕਾਇਆ, ਡਟ ਕੇ ਗੱਲਬਾਤ ਜਦੋਂ ਨਹੀਂ ਸੁਣਵਾਈ ਹੋਈ ਉਹਨੇ ਮਹੱਤਤਾ ਨਹੀਂ ਦਿੱਤੀ, ਅਕਾਲੀ ਦਲ ਜਿਹੜਾ ਬਾਹਰ ਆ ਗਿਆ ਔਰ ਅਕਾਲੀ ਦਲ ਉਸ ਕਿਸੇ ਵੀ ਪਾਰਟੀ ਦਾ ਨਹੀਂ ਕਰਦਾ ਜਿਹੜੀ ਪੰਜਾਬ ਵਿਰੋਧੀ ਹੋ, ਪੰਜਾਬ ਦੇ ਵਿਰੁੱਧ ਕਦਮ ਚੁੱਕੇ, ਕਿਸਾਨੀ ਦੇ ਵਿਰੁੱਧ ਕਦਮ ਚੁੱਕੇ ਤੇ ਭਾਵੇਂ ਸਾਡਾ ਰਾਜਨੀਤਿਕ ਜਿੰਨਾ ਮਰਜ਼ੀ ਕਿਸਾਨ ਹੋ ਜਾਵੇ ਤੇ ਉਹ ਉਸ ਗੱਲ ਦੀ ਪਰਵਾਹ ਨਹੀਂ, ਪਰ ਭੈੜ ਹੈ ਪੰਜਾਬ, ਪੰਜਾਬ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ। ਜੀ ਜੀ ਵਲਟੋਆ ਸਾਹਿਬ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ, ਲਾਸਟ ਬ੍ਰੇਕ ਆ, ਲਾਸਟ ਸੈਗਮੈਂਟ ਵੱਲ ਵੱਧਦੇ ਹਾਂ ਜੀ। ਅਤੇ ਦਰਸ਼ਕੋ ਆਪਣੇ ਨਾਲ ਜੁੜੇ ਹੋਏ ਨੇ ਸਰਦਾਰ ਵਿਰਸਾ ਸਿੰਘ ਵਲਟੋਆ, ਆਪਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ, ਇਸੇ ਤਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ 'ਤੇ। ਦਰਸ਼ਕੋ ਆਪਣੇ ਨਾਲ ਜੁੜੇ ਹੋਏ ਨੇ ਮਾਣਯੋਗ ਵਿਰਸਾ ਸਿੰਘ ਵਲਟੋਆ ਜੀ। ਵਲਟੋਆ ਸਾਹਿਬ ਸਵਾਗਤ ਤੁਹਾਡਾ, ਬ੍ਰੇਕ ਤੋਂ ਬਾਅਦ ਫਿਰ ਆਪਣੇ ਨਾਲ ਇੱਕ ਕਾਲਰ ਜੁੜ ਗਿਆ, ਉਹਨਾਂ ਦੀ ਕਾਲ ਲੈ ਕੇ ਅਤੇ ਆਪਣੇ ਕੋਲ ਦੋ ਚਾਰ ਕੁਸ਼ਚਨ ਲੈ ਕੇ ਰੈਪ ਅਪ ਕਰਦੇ ਹਾਂ ਜੀ। ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ, ਡਾਕਟਰ ਸਾਹਿਬ ਕੀ ਹਾਲ ਚਾਲ ਹੈ, ਸਵਾਗਤ ਦਾ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਸਤਿ ਸ਼੍ਰੀ ਅਕਾਲ ਸਰਦਾਰ ਵਲਟੋਆ ਸਾਹਿਬ ਨੂੰ ਵੀ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੀ, ਫਿਰ ਉਦੋਂ ਬਾਅਦ ਮੈਂ ਦੂਜਾ ਪੁੱਛ ਲਊਂਗਾ। ਵੀ ਜਦੋਂ ਇਹ ਜੇ ਇੰਸੀਡੈਂਟ ਹੋ ਜਾਂਦੇ ਆ ਲਾਅ ਐਂਡ ਆਰਡਰ ਦੇ, ਜਿਹੜੀ ਜੂਰੀਡਿਕਸ਼ਨ 'ਚ ਹੋਏ ਹੁੰਦੇ ਆ, ਜਿਹੜੇ ਉੱਥੋਂ ਦੇ ਪੁਲਿਸ ਆਫਿਸਰ ਜਾਂ ਡੀ ਸੀ ਜਾਂ ਜਿਹੜੇ ਐਸ ਐਸ ਪੀ ਜਾਂ ਦੂਜੇ ਹੈ, ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਦਿਓ, ਜਿਹੜੇ ਲੋਕ ਉੱਥੋਂ ਦੇ ਹੈਗੇ ਆ ਲਾਅ ਐਂਡ ਆਰਡਰ। ਇਹਦੇ ਉੱਤੇ ਸਾਨੂੰ ਹੋਰ ਲੋਕ ਲਾਉਣ ਦੀ ਕੀ ਲੋੜ ਹੈ? ਇੱਕ ਤਾਂ ਮੇਰਾ ਇਹ ਸਵਾਲ ਹੈ ਜੀ। ਠੀਕ ਹੈ ਜੀ, ਬੁਲਟੋ ਸਾਹਿਬ ਸਮਝ ਆ ਗਈ ਜਿਹੜਾ ਕੁਐਸਚਨ ਡਾਕਟਰ ਸਾਹਿਬ ਪੁੱਛ ਰਹੇ? ਇਹ 'ਚ ਕੋਈ ਦਰਾਮਾ ਨਹੀਂ ਗਿਆ ਕਿ ਜੇ ਐਸ ਆਈ ਟੀ ਬਣਦੀ ਹੈ ਨਾ, ਜਿਹੜੇ ਲੋਕ ਨੇ ਇੰਸੀਡੈਂਟ ਇੱਥੇ ਵਾਪਰਿਆ ਆ, ਉਹਦੇ 'ਚ ਸਵਾਲ ਹੀ ਪਾਏ ਜਾਂਦੇ ਆ ਕਿ ਐਡਮਿਨਿਸਟ੍ਰੇਸ਼ਨ ਸੀ ਜਾਂ ਲੋਕਲ ਪੁਲਿਸ ਆਫਿਸ ਜੀ, ਉਹਨਾਂ ਨੇ ਵੀ ਕਿਸੇ ਨਾ ਕਿਸੇ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ। ਜਦੋਂ ਉਹਨਾਂ ਨੂੰ ਤੁਸੀਂ ਕਸੂਰਵਾਰਾਂ ਦੀ ਲਾਈਨ 'ਚ ਖੜੇ ਕਰੋਗੇ ਇਨਵੈਸਟੀਗੇਸ਼ਨ ਨਹੀਂ ਕਰ ਸਕਦੇ, ਇਨਵੈਸਟੀਗੇਸ਼ਨ ਵਾਸਤੇ ਫਿਰ ਕੋਈ ਨਾ ਕੋਈ ਟੀਮ ਬਾਹਰੋਂ ਖੜੀ ਕਰਨੀ ਪੈਂਦੀ, ਸੀਨੀਅਰ ਆਫਿਸਰਾਂ ਦੀ ਕਰਨੀ ਪੈਂਦੀ, ਭਾਵ ਕਿ ਲੋਕਲ ਨਾਲ ਹੀ ਤਾਲਮੇਲ ਕਰਕੇ ਆਫਿਸਰ ਆਉਂਦੇ ਨੇ, ਉਹਨਾਂ ਦੇ ਨਾਲ ਹੀ ਇਨਵੈਸਟੀਗੇਸ਼ਨ ਸਾਂਝੀ ਰੱਖੀ ਜਾਂਦੀ ਜੀ। ਜੀ ਜੀ ਬਾਜਵਾ ਸਾਹਿਬ, ਹੋਰ ਕੋਈ ਕੁਐਸਚਨ ਨੈਕਸਟ? ਹਾਂ ਜੀ ਹਾਂ, ਦੂਜਾ ਮੇਰਾ ਇਹ ਹੈ ਵੀ ਮੈਂ ਅੱਗੇ ਵੀ ਕਈ ਵਾਰੀ ਪੁੱਛਦਾ, ਮੇਰੀ ਥੋੜ੍ਹੀ ਕਿਊਰੀਓਸਿਟੀ ਹੈ ਵੀ ਪੋਲੀਟੀਸ਼ੀਅਨ ਕੋਲ ਜ਼ਿਆਦਾ ਪਾਵਰ ਹੈ ਕਿ ਜਿਹੜੇ ਪੁਲਿਸ ਦੇ ਚੀਫ ਹੈ ਡੀ ਜੀ ਪੀ ਉਹਨਾਂ ਕੋਲ ਜ਼ਿਆਦਾ ਹੈ, ਜਾਂ ਜਿਹੜੇ ਬਿਊਰੋਕਰੈਟ ਹੁੰਦੇ ਆ ਉਹਨਾਂ ਕੋਲ ਜ਼ਿਆਦਾ ਹੁੰਦੀ ਹੈ? ਠੀਕ ਹੈ ਕਿ ਜਿਹੜੀ ਲੈਜਿਸਲੇਟਿਵ ਪਾਵਰ ਹੈ ਉਹ ਪੋਲੀਟੀਸ਼ੀਅਨ ਕੋਲ ਹੈ ਕਿਉਂਕਿ ਲੋਕਾਂ ਦੇ ਨੁਮਾਇੰਦੇ ਹੈ, ਇਹ ਸਾਡੇ ਉੱਥੇ ਵਾਚ ਡਾਗ ਹੈ ਐਡਮਿਨਿਸਟ੍ਰੇਸ਼ਨ ਦੇ ਉੱਤੇ, ਇਹ ਉਹਨਾਂ ਨੂੰ ਇਨਫਲੂਐਂਸ ਕਿਉਂ ਕਰਦੇ? ਇਹ ਸਾਡੇ ਵਾਚ ਡਾਗ ਹੈ, ਉਹਨਾਂ ਨੂੰ ਕੰਮ ਕਰਨ ਦਿਓ ਔਰ ਦੇਖੋ ਕੀ ਰਿਪੋਰਟ ਲਿਆਉਂਦੇ। ਸੋ ਇਹ ਦੂਜਾ ਸਵਾਲ ਹੈ ਜੀ। ਜੀ 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 ਵਲਟੋਆ ਸਾਹਿਬ ਸਮਝ ਆ ਗਿਆ ਤੁਹਾਡਾ ਪੂਰਾ, ਸੁਣ ਗਈ ਆਵਾਜ਼? ਹਾਂਜੀ ਹਾਂਜੀ, ਇਹ 'ਚ ਕੋਈ ਦੁਰਾਵਾ ਨਹੀਂ ਗਿਆ ਜੀ ਕਿ ਐਮ ਐਲ ਏ ਸਾਹਿਬਾਨ ਆਪਣਾ ਖੇਤਰ
ਜਿਹੜਾ ਹੈ ਸਿਵਲ ਪ੍ਰਸ਼ਾਸਨ ਹੈ ਤਾਂ ਆਪੋ ਆਪਣਾ ਖੇਤਰ ਤੇ ਇਸੇ ਤਰ੍ਹਾਂ ਜੁਡੀਸ਼ੀਅਲ ਦਾ ਖੇਤਰ ਤੇ ਜਦੋਂ ਹੁਣ ਹੋਇਆ ਕੀ ਹੈ ਕਿ ਜਿਹੜੀ ਕੋਟਕਪੂਰਾ ਕਾਂਡ ਦੀ ਜਿਹੜੀ ਜਾਂਚ ਜਿਹੜੀ ਐਸ ਆਈ ਟੀ ਬਣਾਈ ਗਈ ਵੈਬਲ ਜੀ ਉਹਦੇ ਵਿੱਚ ਜਦੋਂ ਸਿੱਧੇ ਰੂਪ ਚ ਦਖਲਅੰਦਾਜ਼ੀ ਹੋਈ ਜਿਹਦੇ ਬਾਰੇ ਹਾਈਕੋਰਟ ਫੈਸਲੇ ਚ ਲਿਖਿਆ ਆ ਤੇ ਫਿਰ ਜਾਂਚ ਨਿਰਪੱਖ ਤੁਸੀਂ ਜਾਂਚ ਤੇ ਨਿਰਪੱਖ ਹੁੰਦੇ ਔਰ ਲੋਕਾਂ ਦੀਆਂ ਜਿਹੜੀਆਂ ਲੋਕ ਚਾਹੁੰਦੇ ਨੇ ਜਨਤਾ ਚਾਹੁੰਦੀ ਸਿੱਖ ਕੌਮ ਚਾਹੁੰਦੀ ਹੈ ਸਿੱਖ ਧਰਮ ਦੇ ਨਾਲ ਸੰਬੰਧਿਤ ਜਿੰਨੇ ਗੁਰੂ ਨਾਨਕ ਨਾਮ ਦੇ ਸਾਰੇ ਚਾਹੁੰਦੇ ਜੇ ਇਹ ਨਿਰਪੱਖ ਹੋ ਕੇ ਜਿਹੜੇ ਦੋਸ਼ੀ ਨੇ ਉਹ ਨੰਗੇ ਹੋਣੇ ਚਾਹੀਦੇ ਤੇ ਤੁਸੀਂ ਫਿਰ ਉਹਦੇ ਤੇ ਆਪਣਾ ਪ੍ਰਭਾਵ ਪਾ ਕੇ ਆਪਣੀ ਮਰਜ਼ੀ ਦੀ ਰਿਪੋਰਟ ਤਿਆਰ ਕਰਾ ਕੇ ਜਾਂ ਮਰਜ਼ੀ ਦੀ ਜਾਂਚ ਤਿਆਰ ਕਰਵਾ ਕੇ ਤੁਸੀਂ ਸਿਆਸਤ ਕਰਨ ਦੀ ਕੋਸ਼ਿਸ਼ ਕਰੋਗੇ ਮਾੜੀ ਗੱਲ ਬਾਕੀ ਜੇ ਆਪਾਂ ਕਹੀਏ ਕਿ ਦੇਖੋ ਤੱਕ ਇੱਕ ਵਿਧਾਇਕ ਦੀ ਪਾਵਰ ਰਾਜਨੀਤਿਕ ਦੀ ਪਾਵਰ ਉਹਦੇ ਕੋਲੇ ਕੋਈ ਅਲਾਹੀ ਪਾਵਰ ਨਹੀਂ ਗੀ ਕੋਈ ਉਹਦੇ ਕੋਲੇ ਐਡਮਿਨਿਸਟ੍ਰੇਸ਼ਨ ਚਲਾਉਣ ਵਾਲੀ ਪਾਵਰ ਨਹੀਂ ਹੈਗੀ ਕੇਵਲ ਤੇ ਕੇਵਲ ਆਪਦੇ ਇਲਾਕੇ ਦੀਆਂ ਜਿਹੜੀਆਂ ਵਿਧਾਨ ਸਭਾ ਜਿਤਾਉਣ ਦਾ ਔਰ ਸਰਕਾਰ ਤੱਕ ਔਰ ਕਾਨੂੰਨ ਬਣਾਉਣ ਦੇ ਵਿੱਚ ਕਾਨੂੰਨ ਲਾਗੂ ਕਰਾਉਣ ਜਿਹੜਾ ਆ ਉਹ ਉਹਦਾ ਰੋਲ ਹੁੰਦਾ ਹੈ ਇਹ ਇੱਕ ਵਿਧਾਇਕ ਦਾ ਕੰਮ ਹੈ ਪਰ ਜਦੋਂ ਸਰਕਾਰਾਂ ਹੁਣ ਰੋਲ ਅਦਾ ਕੀਤਾ ਗਿਆ ਜਦੋਂ ਇਹੋ ਜਿਹੇ ਕਰਨਗੇ ਤੇ ਫਿਰ ਗੁਜਰੀ ਆ ਵੱਧ ਕਹਿ ਸਕਦੇ ਜੀ 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 ਬਾਜਵਾ ਸਾਹਿਬ ਹੋਰ ਕੋਈ ਕੁਐਸਚਨ ਹੈ ਜੀ ਹਾਂ ਮੈਂ ਤੀਜਾ ਇਹਨਾਂ ਨੂੰ ਆਪਾਂ ਇਹ ਪੁੱਛ ਰਹੇ ਹਾਂ ਜਿਵੇਂ ਹੁਣ ਵਾਲੀ ਇਹ ਗੱਲ ਦੱਸ ਰਹੇ ਹੈ ਬਈ ਪਹਿਲਾਂ ਸੁਸ਼ਮਾ ਸਵਰਾਜ ਤਾਂ ਦੂਜੇ ਇਹਨਾਂ ਦੀ ਗੱਲ ਸੁਣ ਲੈਂਦੇ ਸੀ ਜਦੋਂ ਦੇ ਮੋਦੀ ਸਾਹਿਬ ਤੇ ਅਮਿਤ ਸ਼ਾਹ ਆ ਗਏ ਇਹ ਵੀ 2014 ਦੇ ਆਏ ਹੈ ਤੇ ਆਪਾਂ ਅਕਾਲੀ ਦਲ ਥੋੜਾ ਜਿਹਾ ਕੋਈ ਇਹਨਾਂ ਨੂੰ ਇਸ ਚੀਜ਼ ਦੀ ਅੰਡਰਸਟੈਂਡਿੰਗ ਜਾਂ ਸਮਝ ਨਹੀਂ ਹੋਈ ਵੀ 5 ਸਾਲ ਉਹਨਾਂ ਦੀ ਗੱਲ ਨਹੀਂ ਸੁਣਦੇ ਉਹਨਾਂ ਨਾਲ ਬਣੇ ਰਹੇ ਮੇਰਾ ਤੇ ਇਹਨਾਂ ਨੂੰ ਇੱਕ ਸੁਝਾਓ ਹੈ ਵੀ ਅਕਾਲੀ ਦਲ ਜਿਵੇਂ ਪੰਜਾਬ ਦੀ ਪਾਰਟੀ ਹੈ ਇਹ ਅਗਰ ਪੰਜਾਬ 'ਤੇ ਕੰਸਨਟਰੇਟ ਕਰੇ ਪੰਜਾਬ ਦੇ ਲੋਕਾਂ ਦੇ ਸਿੱਖਾਂ ਦੇ ਸਾਡੀ ਸਟੇਟ ਦੇ ਮਸਲੇ ਇਹ ਲੈ ਕੇ ਚੱਲਣ ਅਤੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਸਟੇਟ ਵਿੱਚ ਬੈਟਰ ਕਾਮਯਾਬੀ ਮਿਲੂਗੀ ਸੈਂਟਰ ਦੇ ਨਾਲ ਇਹ ਆਪਣੀ ਠੀਕ ਹੈ ਕਿਸੇ ਪਾਰਟੀ ਨੂੰ ਜਿਹਨੂੰ ਮਰਜ਼ੀ ਸਪੋਰਟ ਦੇ ਦਿਆ ਕਰਨ ਪਰ ਪਹਿਲਾਂ ਕਿਸੇ ਨਾਲ ਨਾ ਨੱਥੀ ਹੋਣ ਇਹ ਆਪਣੇ ਰੀਜਨਲ ਲੋਕਲ ਪਾਰਟੀ ਬਣ ਕੇ ਅਤੇ ਸਾਡੇ ਲੋਕਾਂ ਹਿੱਤਾਂ ਦੀ ਗੱਲ ਕਰਨ ਥੈਂਕ ਯੂ ਜੀ ਥੈਂਕ ਯੂ ਬਾਜਵਾ ਬਹੁਤ ਬਹੁਤ ਧੰਨਵਾਦ ਤੁਹਾਡਾ ਦੇਖੋ ਜਿੱਥੋਂ ਤੱਕ ਇਹਨਾਂ ਨੇ ਗੱਲ ਕੀਤੀ ਹੈ ਨਾ ਕਿ 2014 ਤੋਂ ਉਹਨੇ ਮੋਦੀ ਜੀ ਜਾਂ ਅਮਿਤ ਸ਼ਾਹ ਜੀ ਜੀ ਪਰ ਉਸ ਸਮੇਂ ਨਾਲ ਜੇਤਲੀ ਸਾਹਿਬ ਪ੍ਰਭਾਵ ਰੱਖਦੇ ਸੀ ਜੀ ਸੁਸ਼ਮਾ ਸਵਰਾਜ ਜੀ ਬੈਠੇ ਸੀ ਜੀ ਉਹਨਾਂ ਕਰਕੇ ਮਾੜਾ ਮੋਟਾ ਨਿਭਾ ਜਿਹੜਾ ਅਕਾਲੀ ਦਲ ਦਾ ਚੱਲਦਾ ਗਿਆ ਜੀ ਅਮਿਤ ਸ਼ਾਹ ਜੀ ਉਹਨਾਂ ਤੋਂ ਸ਼ਿਕਾਇਤਾਂ ਜਿਹੜੀਆਂ ਨੇ ਇਹ ਜਦੋਂ ਸੱਤਾ 'ਚ ਆਏ ਨੇ ਥੋੜੇ ਸਮੇਂ ਬਾਅਦ ਸਟਾਰਟ ਹੋ ਗਈਆਂ ਪਰ ਉਹ ਜਿਹੜੀਆਂ ਦੋ ਸ਼ਖਸੀਅਤਾਂ ਸੀਗੀਆਂ ਉਹਨਾਂ ਕਰਕੇ ਨਿਭਾ ਚੱਲਦਾ ਗਿਆ ਉਹ ਦੁਨੀਆਂ ਤੋਂ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਜਿਸ ਤਰ੍ਹਾਂ ਦੀ ਉੱਥੇ ਹਾਲਾਤ ਪੈਦਾ ਹੋਏ ਤੇ ਇੱਕ ਤਰ੍ਹਾਂ ਦਾ ਪੱਕੇ ਦੀਏ ਕਿ ਗੱਠਜੋੜ ਹੀ ਚੱਲਦਾ ਰਿਹਾ ਇਸੇ ਤਰ੍ਹਾਂ ਦੀ ਗੱਠਜੋੜ ਵਾਲੀ ਗੱਲ ਜਾਂ ਪਾਰਟਨਰ ਨੂੰ ਜਿਹੜਾ ਮਾਣ ਸਤਿਕਾਰ ਮਿਲਣਾ ਚਾਹੀਦਾ ਮਾਣ ਸਤਿਕਾਰ ਤੇ ਕਿੱਥੇ ਰਹਿ ਗਿਆ ਇੱਕ ਤਰ੍ਹਾਂ ਦਾ ਇਹ ਮਹਿਸੂਸ ਹੁੰਦਾ ਸੀਗਾ ਬਣਿਆ ਕੀ ਫਿਰਦਾ ਇਸ ਕਰਕੇ ਜਿਹੜਾ ਆ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਸ਼੍ਰੋਮਣੀ ਸਾਡੀ ਤਰ੍ਹਾਂ ਦੀ ਮਹਿਤਾ ਜਥੇਬੰਦੀ ਹੈ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੀ ਹੈ ਔਰ ਕੁਛ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਸਭਾ 'ਚ ਕੋਈ ਡਰਾਮਾ ਕਰਨਾ ਕਿ ਏਜੰਡੇ ਨੂੰ ਲੈ ਕੇ ਚੱਲਣਾ ਚਾਹੀਦਾ ਸੀ ਜਿਹੜਾ ਸਾਡਾ ਪ੍ਰਮੁੱਖ ਏਜੰਡਾ ਹੋਣਾ ਚਾਹੀਦਾ ਸੀ ਜਦੋਂ ਅਸੀਂ ਉਹਦੇ ਤੋਂ ਥੋੜ੍ਹਾ ਜਿਹਾ ਪਾਸੇ ਨੂੰ ਗਏ ਉਹਦਾ ਸਾਨੂੰ ਨੁਕਸਾਨ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਮਹਿਸੂਸ ਕਰਦੀ ਹੈ ਕਿ ਸਾਨੂੰ ਪੰਥਕ ਏਜੰਡਾ ਪੰਜਾਬ ਦਾ ਏਜੰਡਾ ਪੰਜਾਬ ਦੇ ਮਸਲਿਆਂ ਨੂੰ ਚਾਹੀਦੇ ਉਹਦੇ ਵਾਸਤੇ ਜਿਸ ਤਰ੍ਹਾਂ ਦੇ ਸੰਘਰਸ਼ ਕਰਨਾ ਪਵੇ ਪਵੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਹੁੰਦਾ ਸੀਗਾ ਜੋ ਸ਼੍ਰੋਮਣੀ ਅਕਾਲੀ ਦਲ ਸੋਚ ਹੁੰਦੀ ਸੀ ਉਸ ਨੂੰ ਲੈ ਕੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਸਮੇਂ 'ਚ ਉਸ ਜੀ ਵਲਟੋਆ ਸਾਹਿਬ ਮੇਰੇ ਕੋਲ ਦੋ ਕੁਐਸਚਨ ਕੁਐਸਚਨ ਤਾਂ ਬਹੁਤ ਹੈ ਕਿਸ ਦਿਨ ਤੁਹਾਡੇ ਨੂੰ ਫਿਰ ਤਕਲੀਫ ਦਊਂਗਾ ਮੈਂ ਪਰ ਦੋ ਕੁਐਸਚਨ ਮੇਰੇ ਹੈਗੇ ਆ ਇੱਕ ਤਾਂ ਬਾਅਦ 'ਚ ਆਪਣੇ ਕੋਲ 5 ਮਿੰਟ ਦਾ ਹੀ ਟਾਈਮ ਰਹਿ ਗਿਆ 5 ਸਟੇਟਾਂ 'ਚ ਇਲੈਕਸ਼ਨ ਹੁੰਦੀ ਹੈ 2 'ਚ ਭਾਰਤੀ ਜਨਤਾ ਪਾਰਟੀ ਲੀਡ ਲੈ ਜਾਂਦੀ ਹੈ ਬਾਕੀ 3 ਤੋਂ ਵਿੱਚੋਂ ਉਹ ਲੂਜ਼ ਕਰ ਜਾਂਦੀ ਹੈ ਇੱਕ ਤਾਂ ਉਹ ਐਪੀਸੋਡ ਹੋ ਗਿਆ ਦੂਸਰਾ ਉਹਨੂੰ ਦੇਖਦੇ ਹੋਏ ਜਿਹੜਾ ਕਿਸਾਨ ਅੰਦੋਲਨ ਹੈ 300 ਕਿਸਾਨ ਸ਼ਹੀਦੀਆਂ ਪਾ ਗਏ ਨੇ
ਕੀ ਆ ਜਿਹੜੀ ਪੰਜ ਸਟੇਟਾਂ ਦੀ ਜਿਹੜੀ ਇਲੈਕਸ਼ਨ ਦਾ ਜਿਹੜਾ ਰਿਜ਼ਲਟ ਹੈ ਤੇ ਕਿਸਾਨ ਅੰਦੋਲਨ ਕਿਤੇ ਨਾ ਕਿਤੇ ਇਹ ਕਿਸਾਨਾਂ ਨਾਲ ਜਿਹੜੀ ਸੈਂਟਰਲ ਗਵਰਨਮੈਂਟ ਹੈ ਬੈਠ ਕੇ ਗੱਲ ਕਰੂਗੀ ਕੋਈ ਕਿਸੇ ਕਿਸੇ ਆਪਾਂ ਐਗਰੀਮੈਂਟ ਵੱਲ ਵੱਧ ਸਕਾਂਗੇ ਕਿ ਇਹ ਇਦਾਂ ਹੀ ਚੱਲਦਾ ਰਹੂਗਾ ਦੇਖੋ ਇਹ ਚ ਕੋਈ ਡਰਾਮਾ ਨਹੀਂ ਗਿਆ ਕਿ ਜੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਆਉਂਦਾ ਜਾਂਦਾ ਸੀ ਆ ਰਹੀਆਂ ਸੀ ਤੇ ਸ਼ਾਇਦ ਭਾਰਤੀ ਜਨਤਾ ਪਾਰਟੀ ਸਰਕਾਰ ਬਣਾ ਜੀ ਜੇ ਕਿਤੇ ਸਰਕਾਰ ਬਣ ਜਾਂਦੀ ਤੇ ਫਿਰ ਜੋ ਕਿਸਾਨੀ ਅੰਦੋਲਨ ਦਾ ਜਾਂ ਕਿਸਾਨਾਂ ਦਾ ਜਾਂ ਇਸ ਤੇ ਜੋ ਆੜ ਹੋਣਾ ਸੀਗਾ ਮੇਰਾ ਖਿਆਲ ਹੈ ਕਿ ਉਹਨੂੰ ਸ਼ਬਦਾਂ 'ਚ ਔਰ ਜਿਹੜੀ ਇਹ ਠੋਕਰ ਵਿੱਚ ਜੀ ਜਿਹੜਾ ਮੋਦੀ ਤੇ ਅਮਿਤ ਸ਼ਾਹ ਦੇ ਭਾਰਤ ਦਾ ਜਿਹੜਾ ਕਿੱਲਾ ਸੀਗਾ ਜੀ ਇਸ ਰੂਪ 'ਚ ਪੱਛਮੀ ਬੰਗਾਲ ਦੇ ਲੋਕਾਂ ਨੇ ਹਾਰ ਹਰਾਇਆ ਜ਼ਰੂਰ ਹੈ ਅਸੀਂ ਕਿੱਥੇ ਕਹਿ ਸਕਦੇ ਕਿ ਟੁੱਟ ਗਿਆ ਇਹ ਇਹ ਇੱਕ ਲੋਕਤੰਤਰ ਵਾਲੀਆਂ ਤੇ ਇੱਥੇ ਮੋਦੀ ਤੇ ਅਮਿਤ ਸ਼ਾਹ ਹੀ ਸਰਵੇ ਸਰਵ ਔਰ ਮੋਦੀ ਸ਼ਾਹ ਦਾ ਰਵੱਈਆ ਬਿਹੇਵ ਹਾਰ ਜਿਹੜਾ ਆ ਇਸਨੂੰ ਜਿਸ ਪਾਸੇ ਲੈ ਕੇ ਜਾ ਰਿਹਾ ਸੀ ਬੜਾ ਮੰਦਭਾਗਾ ਸੀ ਔਰ ਖਾਸ ਕਰਕੇ ਦੇਖੋ ਤੁਸੀਂ ਕਿਸਾਨੀ ਅੰਦੋਲਨ ਜਿਸ ਵਿੱਚ ਲੱਖਾਂ ਕਿਸਾਨਾਂ ਨੇ ਪਾਰਟੀਸਪੇਸ਼ਨ ਬੜੇ ਜਾਬਤੇ 'ਚ ਕੀਤੀ ਹੋਵੇ ਉਹਨਾਂ ਦੀ ਸੁਣਨ ਦੀ ਬਜਾਏ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਔਰ ਬਾਅਦ ਕਿਸੇ ਤਰ੍ਹਾਂ ਦਾ ਕੋਈ ਸੱਦਾ ਨਾ ਦੇਣਾ ਇੱਕ ਮਿਸ ਕਾਲ ਮਾਰੋ ਗੱਲਬਾਤ ਸ਼ੁਰੂ ਕੋਈ ਨੰਬਰ ਤੇ ਜਾਰੀ ਕਰ ਦਿਓ ਇਸ ਕਰਕੇ ਜਿਹੜੀਆਂ ਖੇਡਾਂ ਜਿਹੀਆਂ ਖੇਡਦੇ ਸੀਗੇ ਹੁਣ ਸ਼ਾਇਦ ਇਹਦੇ ਨਾਲ ਉਹਨਾਂ ਨੂੰ ਅਹਿਸਾਸ ਤੇ ਲੋਕਤੰਤਰ ਦੇ ਵਿੱਚ ਜਦੋਂ ਲੋਕ ਆਪਣੀ ਆਈ ਤੇ ਆ ਫਿਰ ਸਾਰੇ ਮੰਤਰੀ ਟਾਏ ਰਹਿ ਜਾਂਦੇ ਨੇ ਕਿਸਾਨੀ ਅੰਦੋਲਨ ਜਿਹੜਾ ਆ ਜਿਹਨੇ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਜਿਹੜਾ ਉੱਥੇ ਅਦਾਲਤ ਦੇ ਵਿੱਚ ਜਾ ਕੇ ਕੀਤਾ ਹੈ ਸ਼ਲਾਘਾ ਯੋਗ ਹੈ ਰੂਪ 'ਚ ਉਹਨਾਂ ਦਾ ਵੀ ਯੋਗਦਾਨ ਹੈ ਮੇਰਾ ਖਿਆਲ ਹੈ ਕਿ ਇਸ ਗੱਲ ਦਾ ਸਾਹਸ ਹੈ ਉਹ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਜ਼ਰੂਰ ਹੋਗਾ ਹੋਏਗਾ ਕਿ ਇੱਕ ਦੀਆਂ ਦੋਸਤਾਂ ਇਹ ਆਉਣ ਵਾਲੇ ਸਮੇਂ 'ਚ ਤੌਰ 'ਤੇ ਹੋਰ ਖਤਰਨਾਕ ਸਾਬਤ ਹੁੰਦਾ ਅਤੇ ਸ਼ਾਇਦ ਹੁਣ ਜੀ 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 ਵਲਟੋਆ ਸਾਹਿਬ ਆਪਾਂ ਲਾਸਟ ਕੁਐਸਚਨ ਕਿਉਂਕਿ ਮਿੰਟ ਦੋ ਹੀ ਰਹਿ ਗਏ ਨੇ ਮੈਂ ਹਰੇਕ ਬੰਦੇ ਤੋਂ ਚਾਹੇ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ ਪੁੱਛਦਾ ਹੁੰਦਾ ਹਾਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਗਲੋਬਲ ਵਾਰਮਿੰਗ ਹੋ ਰਹੀ ਹੈ ਤੁਸੀਂ ਵੀ ਦੇਖਿਆ ਕਿ ਗਰਮੀ ਕਿੰਨੀ ਵੱਧ ਰਹੀ ਹੈ ਕਿਉਂਕਿ ਰੁੱਖਾਂ ਦੀ ਕਮੀ ਹੈ ਤੁਹਾਡੇ ਕੋਲ ਤਾਂ ਬੜੀ ਮਾਨਮਤੀ ਸ਼ਖਸੀਅਤ ਨੇ ਬਾਬਾ ਸੇਵਾ ਸਿੰਘ ਜੀ ਤੁਹਾਡੇ ਏਰੀਏ ਦੇ ਵਿੱਚ ਹੀ ਨੇ ਤੁਸੀਂ ਕੀ ਕਰ ਰਹੇ ਹੋ ਕਿ ਜਿਹੜਾ ਜ਼ਮੀਨੀ ਪਾਣੀ ਘੱਟ ਕੱਢਿਆ ਜਾਵੇ ਦਰਿਆ ਦਾ ਵੱਧ ਯੂਜ਼ ਕੀਤਾ ਜਾਵੇ ਜਾਂ ਕੋਈ ਹੋਰ ਫਸਲਾਂ ਬੀਜੀਆਂ ਜਾਣ ਅਤੇ ਤੁਸੀਂ ਆਪਦੇ ਏਰੀਏ ਦੇ ਵਿੱਚ ਕੋਈ ਰੁੱਖ ਲਾਉਣ ਦੀ ਪਹਿਲ ਕਰ ਰਹੇ ਹੋ ਕੋਈ ਇੱਦਾਂ ਦਾ ਕੰਮ ਕਰ ਰਹੇ ਹੋ ਜਿਹਨਾਂ ਮਾਨਵਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਬੱਚੀਆਂ ਰਹਿਣ ਅਤੇ ਖੁਸ਼ਹਾਲ ਰਹਿਣ ਗੁਰਲਾਲ ਜੀ ਇਹ 'ਚ ਕੋਈ ਦਰਾਵਾ ਨਹੀਂ ਗਿਆ ਕਿ ਅਸੀਂ ਝੋਨੇ ਕਣਕ ਦੇ ਚੱਕਰ ਸਾਨੂੰ ਕਣਕ ਫਿਰ ਵੀ ਠੀਕ ਹੈ ਜਿਹੜਾ ਝੋਨਾ ਆ ਜੀ ਉਹਦੇ ਚੱਕਰ ਨੇ ਸਾਨੂੰ ਆਰਥਿਕ ਤੌਰ 'ਤੇ ਮਜ਼ਬੂਤੀ ਤਾਂ ਦਿੱਤੀ ਜੀ ਪਰ ਜਿੱਡਾ ਵੱਡਾ ਸਾਡੇ ਕੁਦਰਤੀ ਸੋਮੇ ਸੀ ਜੀ ਤਬਾਹੀ ਹੋਈ ਹੈ ਉਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਆਉਣ ਵਾਲੇ ਸਮੇਂ 'ਚ ਜੇਕਰ ਅਸੀਂ ਇਸ ਦੇ ਰਹੇ ਇਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਨਿਕਲਣ ਅਤੇ ਨਿਕਲਣ ਵਾਸਤੇ ਸਰਕਾਰਾਂ ਨੇ ਆਪਣੇ ਯਤਨ ਲੋਕ ਕਿਉਂਕਿ ਮੰਡੀ ਜਿਹੜੀ ਆ ਜਿਹੜੀ ਆਪਣੀ ਜਿਹੜਾ ਕਣਕ ਦੇ ਝੋਨੇ ਦਾ ਅਤੇ ਆਰਥਿਕ ਤੌਰ ਇਹਦਾ ਪਰਿਵਾਰਾਂ ਨੂੰ ਕਿਸਾਨਾਂ ਨੂੰ ਫਾਇਦਾ ਹੁੰਦਾ ਯਤਨ ਨਹੀਂ ਕਰਦੇ ਔਰ ਨਿਕਲਣਾ ਚਾਹੀਦਾ ਹੈ ਕੱਢਣਾ ਚਾਹੀਦਾ ਦੇਖੋ ਜੇਕਰ ਪਾਕਿਸਤਾਨ ਵਪਾਰ ਦਾ ਫਸਲਾਂ ਦਾ ਖਾਸ ਕਰਕੇ ਕਰਕੇ ਸਭ ਤੋਂ ਵੱਧ ਫਾਇਦਾ ਜਿਹੜਾ ਕੰਟਰੀਜ਼ ਨੇ ਜਾਂ ਜਿਹੜੇ ਹੋਰ ਅੱਗੇ ਹੋਰ ਹੋ ਗਏ ਜਿਹੜੇ ਦੇਸ਼ ਨੇ ਉਹਨਾਂ ਬਹੁਤ ਲੋੜ ਹੈ ਅੱਜ ਕਣਕ ਦੀ ਲੋੜ ਜਿਹੜੀ ਪਾਕਿਸਤਾਨ ਦੇ ਵਿੱਚ ਗੇਟ ਹੈ ਅਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕਾਂ ਦੀ ਕਣਕ ਹੀ ਜਾਣੀ ਸ਼ੁਰੂ ਕੀਤੀ ਅਤੇ ਮਾਰੇ ਨਿਆਰੇ ਨੇ ਇਸੇ ਕਰਕੇ ਲੋੜ ਜਿਹੜੀ ਆ ਬਾਹਰਲੇ ਸਬਜ਼ੀਆਂ ਦੀ ਹੈ ਫਲਾਂ ਦੀ ਹੈ ਫਲ ਜਿਹੜੇ ਆ ਪੰਜਾਬ ਦੀ ਵੱਡੇ ਪੱਧਰ 'ਤੇ ਪੈਦਾ ਹੋ ਸਕਦੇ ਕਿਸਾਨ ਇਸ ਫਸਲ ਨਹੀਂ ਅਤੇ ਇਹਦਾ ਜਿਹੜਾ ਆ ਦੇ ਨਾਲ ਵਪਾਰ ਵਧੀਆ ਖੁੱਲਦਾ ਹੈ ਅਤੇ ਤਾਂ
ਪੰਜਾਬ ਦੀ ਬਿਹਤਰੀ ਔਰ ਜਿੱਥੇ ਤੱਕ ਰੁੱਖ ਹੈ ਦੇਖੋ ਸਾਡੀ ਜ਼ਿੰਦਗੀ ਤੇ ਜਿਸ ਤਰ੍ਹਾਂ ਦੀ ਤਬਾਹੀ ਪੰਜਾਬ ਦੀ ਧਰਤੀ ਤੇ ਰੁੱਖਾਂ ਦੀ ਹੋਈ ਹੈ ਤੇ ਜੇ ਅੱਜ ਕੋਈ ਰੁੱਖ ਲਾਉਣ ਕਰਦਾ ਹੈ ਤੇ ਜਦੋਂ ਅਸੀਂ ਕਣਕ ਤੇ ਨਾੜ ਸਾੜ ਤੇ ਨਵੇਂ ਤੇ ਪੈਦਾ ਹੁੰਦੇ ਨੀ ਹੁਣ ਤੇ ਸੜਕਾਂ ਦੇ ਕੰਢੇ ਹੀ ਆ ਜੇ ਕੋਈ ਜਿੰਨੇ ਕਿਸੇ ਨਾਲ ਉਹ ਮਾੜੇ ਮੋਟੇ ਬਚ ਜਾਂਦੇ ਪਰ ਉਹ ਵੀ ਉੱਥੇ ਬਚਦੇ ਜਿਹੜੀਆਂ ਸੜਕਾਂ ਇਹ ਛੋਟੀਆਂ ਸੜਕਾਂ ਨੇ ਜਦੋਂ ਤੁਸੀਂ ਜਿਹੜੀਆਂ ਪੈਲੀਆਂ ਨੂੰ ਅੱਗ ਲਾਉਂਦੇ ਜੇ ਜੀ ਉਹਦੀ ਲਪੇਟ ਦੇ ਵਿੱਚ ਹੀ ਸੜਕ ਦੇ ਕੰਢੇ ਲੱਗਾ ਹੋਇਆ ਰੁੱਖ ਵੀ ਆ ਜਾਂਦਾ ਵੱਡੇ ਹਾਲਾਤ ਜੇ ਹੁਣ ਤੱਕ ਦੇ ਬਣੇ ਪਏ ਨੇ ਇਹ ਯਤਨ ਕਰਨੇ ਚਾਹੀਦੇ ਨੇ ਪਰ ਮੇਰਾ ਖਿਆਲ ਲੋਕ ਅਖੀਰ ਪੱਥਰ ਚੱਕ ਇਹ ਤਾਂ ਮੁੜਨਾ ਪਊਗਾ ਤਾਂ ਮੁੜਨਗੇ ਵੀ जी 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 वोल्टोआ साहब बहुत क्वेश्चन रह गए किस दिन तुहानू फिर सदांगे तुहाडी इजाजत नाल बहुत क्वेश्चन रह गए पर टाइम इजाजत नहीं दे रहा तुसीं अज टाइम कढ़िया तुहाडा बहुत बहुत धन्यवाद असीं अरदास करदे हां तुहानू आने वाले टाइम दे विच कामयाबी ते तुहानू ते तुहाडी परिवार नू चढ़दी कला विच परमात्मा रखे बहुत बहुत धन्यवाद जी तुहाडा बहुत मेहरबानी जी गुलाल जी तुहाडा तुहाडे अदारे दा बहुत धन्यवाद वाहिगुरू जी खालसा वाहिगुरू जी फतह दर्शकों सन माणयोग विरसा सिंह वल्टोआ जी बहुत सोहना एलैबोरेशन किया हर मुद्दे ते क्वेश्चन बहुत सी पर अज समा इजाजत नहीं दे रहा तुसी आपका पूरा ख्याल रखना अज का प्रोग्राम इतों तक सी मैनू गुरलाल नूं दिओ इजाजत मेरे वालों प्यार भरी सत श्री अकाल नमस्कार आदाब ते शब्बा खैर